ਕੋਈ ਮਿੱਤਰੋ ਨੈਕਸਟ ਡੇ ਆ ਗਿਆ ਤੇ ਆਪਣਾ ਪ੍ਰਿੰਸ ਭਰਾ ਕਿੱਦਾਂ ਪ੍ਰਿੰਸ ਕਿੱਦਾਂ ਭਾਜੀ? ਇਹ ਕਮਾਲਪੁਰ ਤੋਂ ਮੁੰਡਾ ਕਹਿੰਦੇ ਇੱਦਾਂ ਇੰਨਾ ਇਹਦੇ ਪੱਥਾਂ 'ਚ ਗੋਰਿਆਂ ਨਾ ਛੱਡ ਗੱਲਾਂ ਤੋਂ, ਟਰੈਕਟਰਾਂ ਦਾ ਕੰਮ ਕਰਦਾ ਪਤਾ ਨਹੀਂ ਹੁਣ ਕਰਦਾ ਕਿ ਨਹੀਂ ਕਰਦਾ ਸਾਨੂੰ ਦੱਸਦਾ, ਅਤੇ ਆਹ ਦੂਜੇ ਮੁੰਡੇ ਨੂੰ ਮਿਲੋ। ਇਹ ਮੁੰਡਾ ਸਾਬੀ ਜੇ ਪ੍ਰਸਿੱਧੀ ਇਹਨੂੰ ਮਿਲੀ ਆ ਕਿ ਗੋਰੀ ਨਾਲ ਇਹਨੇ ਵਿਆਹ ਕਰਾਇਆ, ਇਸ ਨਾਂ ਤੋਂ ਬਹੁਤ ਪ੍ਰਸਿੱਧੀ ਮਿਲੀ ਆ, ਅਤੇ ਇਹ ਮੁੰਡਾ ਬੜੀ ਦੂਰੋਂ ਚੱਲ ਕੇ ਆਇਆ ਸਾਡੇ ਕੋਲ। ਸਾਬੀ ਕਿੱਥੋਂ ਆਇਆ? 2 ਕਿਲੋਮੀਟਰ ਤੋਂ ਆਇਆ। ਅਤੇ ਇਹ ਮੁੰਡਾ ਅੱਜ ਤੋਂ ਹੁਣ ਤੋਂ 1.5 ਘੰਟੇ ਪਹਿਲਾਂ ਮੈਨੂੰ ਫੋਨ ਕੀਤਾ ਸੀ, ਭਾਅ ਜੀ ਆ ਜਾ, ਮੈਂ ਕਿਹਾ ਆ ਜਾਓ। 1.5 ਘੰਟੇ 'ਚ ਮੈਂ ਕਿਹਾ ਸੀ, ਮੈਂ ਕਿਹਾ ਜਲਦੀ ਆ ਜਾਓ, ਅਤੇ ਭਾਅ ਜੀ ਹੁਣੀ ਹੁਣ ਪਹੁੰਚਿਆ। ਅੱਛਾ ਜੀ, ਮੈਂ ਤੁਹਾਨੂੰ ਕਿਹਾ ਸੀ ਆ ਜਾਓ, ਚਲੋ ਛੱਡੋ, ਸਾਡਾ ਟਾਈਮ ਤਾਂ ਇੱਦਾਂ ਹੀ ਆ, ਤੁਹਾਨੂੰ ਪਤਾ ਕਿ ਭਾਅ ਜੀ ਇੱਥੇ ਕਮਰੇ 'ਚ ਬੈਠਾ ਆ ਕਿ ਇਹਨਾਂ ਨੇ ਕਿਹੜਾ ਹਿੱਲਣਾ ਆ, ਅਤੇ ਜਦੋਂ ਮਰਜ਼ੀ ਆ ਜਾਓ ਭਾਅ ਜੀ ਦਾ ਤਾਂ ਟਾਈਮ ਫੁੱਦੂ ਹੀ ਆ, ਭਾਅ ਜੀ ਨੇ ਕਿਹੜਾ ਕੋਈ ਕੰਮ ਹੁੰਦਾ। ਜੇ ਤੈਨੂੰ ਕਿਹਾ ਮੈਂ ਜਾਣਾ ਕਿ ਤੂੰ ਜਲਦੀ ਆ ਜਾ, ਤੂੰ ਵੀ ਨਾਲ ਜਾਣਾ ਚੱਲ ਜਾਵਾਂਗੇ ਕਿਹਾ ਨਾ, ਫਿਰ ਵੀ ਤੂੰ 1.5 ਘੰਟਾ ਤੇਰੀ ਵੇਟ ਕੀਤੀ। ਇੱਕ ਇਕੱਲਾ ਤੂੰ ਨਹੀਂ ਗਾ, ਇੱਕ ਹੋਰ ਵੀ ਆ, ਉਹ ਵੀ ਆਉਣ ਡਿਆ ਆ, ਅਤੇ ਬਾਕੀ ਉਹ ਛੱਡੋ, ਆਹ ਮਨੀ ਬਕਾਪੁਰ ਵਾਲਾ, ਅਤੇ ਇਹ ਵੀ ਬਹੁਤ ਅੱਜ ਕੱਲ੍ਹ ਟ੍ਰੈਂਡਿੰਗ 'ਚ ਆ ਰਹੇ ਆ, ਪਤਾ ਨਹੀਂ ਕਿਹੜੇ ਪਾਸੇ। ਅਤੇ ਬਾਕੀ ਇਹ ਕਹਿਣ ਤੋਂ ਭਾਵ ਅੱਜ ਕੱਲ੍ਹ ਝੂਠ ਬਹੁਤ ਬੋਲਣ ਲੱਗ ਪਿਆ ਮੇਰੇ ਤੋਂ, ਬਹੁਤਾ ਝੂਠ। ਜਿੱਦਾਂ ਲਾ ਲਓ ਮੈਨੂੰ ਕਹਿਣਾ ਭਾਅ ਜੀ ਮੈਂ ਇੱਥੇ ਚੱਲਾਂ ਆ, ਤਾਂ ਜਦੋਂ ਪਤਾ ਕਰੀ ਤਾਂ ਮਨੀ ਕਿੱਥੇ, ਮੈਨੂੰ ਹੁੰਦਾ ਹੋਰ ਕਿਤੇ ਲੈਣਾ ਵੀਰੇ, ਮਨੀ ਹੁੰਦਾ ਹੋਰ ਕਿਤੇ ਆ। ਅਤੇ ਫਿਰ ਉਦੋਂ ਬੰਦੇ 'ਤੇ ਇਹ ਬੜਾ ਹੁੰਦਾ ਕਿ ਸਾਲੇ ਇੰਨਾ ਕਰੀ ਦਾ ਝੂਠ ਤਾਂ ਨਾ ਬੋਲੋ, ਹੈਂ ਸੋਰੀ ਦੀ ਨਹੀਂ ਗੱਲ, ਉੱਦਾਂ ਗੱਲ ਕਰਦਾ, ਝੂਠ ਨਾ ਬੋਲੋ, ਜਿੱਥੇ ਹੈਗੇ ਦੱਸ ਦਿਉ, ਕਿਉਂਕਿ ਗਾਂਹ ਕੋਈ ਗੱਲਬਾਤ ਹੋ ਗਈ ਬੰਦਾ ਛਡਾਉਣ ਤਾਂ ਆ ਜਾਂਦਾ ਨਾ ਕਿ ਹਾਂ ਵੀ ਸਾਡਾ ਬੰਦਾ ਇੱਥੇ ਆ, ਠੀਕ ਹੈ ਜਿੱਥੇ ਮਰਜ਼ੀ ਆ ਦੱਸ ਦਿਉ, ਸਾਨੂੰ ਪਤਾ ਹੋਵੇ ਕਿ ਕਿੱਥੇ ਬੈਠਾ ਕੁੱਟ ਖਾਣ ਡਿਆ। ਅਤੇ ਆਪਣੇ ਦੂਜੇ ਚੌਥੇ ਮਿੱਤਰ ਨੂੰ ਮਿਲੋ, ਇਹ ਹੈਗਾ ਮਨੀ, ਇਹ ਮਨੀ ਵਰਕਸ਼ਾਪ ਵਾਲਾ, ਥੋੜ੍ਹੇ ਚਿਰ ਪਹਿਲਾਂ ਸਨੀ ਮਨੀ ਮਨੀ ਭਰਾ ਆ ਇਹਦਾ, ਉਹ ਬਹੁਤ ਵਧੀਆ ਕੰਮ ਕਰਦਾ, ਤਾਂ ਉਸੇ ਹਿਸਾਬ ਨਾਲ ਮਨੀ ਆ ਜਿਹੜਾ ਆਪਣਾ ਸਨੀ ਆ, ਇਹ ਵੀ ਬਹੁਤ ਵਧੀਆ ਕੰਮ ਕਰਦਾ ਸੀਗਾ, ਹੁਣ ਨਹੀਂ, ਹੁਣ ਪਤਾ ਨਹੀਂ ਕੀ ਕਰਦੇ ਆ, ਹੁਣ ਪਤਾ ਨਹੀਂ ਡਿਪਰੈਸ਼ਨ 'ਚ ਗਏ ਆ, ਹੁਣ ਪਤਾ ਨਹੀਂ ਕੀ ਕਰ ਰਹੇ, ਸਮਝ ਨਹੀਂ ਆਈ। ਹੁਣ ਆਪਾਂ ਜਿੰਮ 'ਚ ਜਾਣਾ ਸ਼ੁਰੂ ਕਰ ਦੇਣਾ, ਪੱਕੀ ਗੱਲ ਆ, ਦੇਖ ਲਾ ਹੋਰ ਨਾ ਕਿਤੇ ਕੱਲ੍ਹ ਨੂੰ ਤੂੰ ਭੈਣ 'ਚੋਂ ਅੱਖਾਂ ਤੇਰੀਆਂ ਸਿੱਧੀਆਂ ਹੁਣ, ਕੱਲ੍ਹ ਨੂੰ ਕਵੇਂ ਮੈਂ ਤਾਂ ਕਿਤੇ ਨਹੀਂ ਜਾਣਾ, ਮੈਂ ਤਾਂ ਤੈਨੂੰ ਭਾਅ ਜੀ ਕੋਈ ਵਾਅਦਾ ਹੀ ਨਹੀਂ ਕੀਤਾ। ਅਤੇ ਬਾਕੀ ਤੁਹਾਨੂੰ ਅੱਜ ਮੈਂ ਮਹਾਨ ਸ਼ਖਸੀਅਤ ਨਾਲ ਮਿਲਾ ਰਿਹਾ, ਪ੍ਰਿੰਸ, ਸਾਬੀ, ਮਨੀ, ਸਨੀ, ਸਨੀ, ਮਨੀ, ਸਾਬੀ, ਪ੍ਰਿੰਸ, ਅਤੇ ਇੱਕ ਹੋਰ ਆ ਰਿਹਾ ਆ, ਅਤੇ ਫਿਰ ਸਾਡੀ ਗੈਂਗ ਤਿਆਰ ਹੋ ਗਈ। ਬਾਕੀ 4 ਏ, ਪੰਜਵਾਂ ਉਹ ਆ ਰਿਹਾ, ਅਤੇ 6ਵੀਂ ਮੈਂ ਮਹਾਨ ਸ਼ਖਸੀਅਤ। ਕਹਿਣ ਤੋਂ ਭਾਵ ਅਸੀਂ ਕਿਹੜਾ ਕਿਸੇ ਤੋਂ ਘੱਟ ਆ, ਕੰਮ ਸਾਡੇ ਵੀ ਕਰਤੂਤਾਂ ਮਾੜੀਆਂ ਹੀ ਆ, ਇਹ ਕਾਹਤੋਂ ਚੰਗੀਆਂ ਕਹਿਣੀਆਂ ਕਿ ਨਹੀਂ। ਪਾਣੀ ਪੀਣ ਨੂੰ ਭਾਅ ਜੀ ਕਿਹੜਾ ਬੋਕਤ ਆਇਆ, ਤੂੰ ਆ, ਸਾਨੂੰ ਪੁੱਛਣਾ ਚਾਹੀਦਾ ਕਿ ਸਭ ਵੀ ਪਾਣੀ ਪੀਣਾ, ਪਰ ਹੁਣ ਸਭ ਵੀ ਦੇ ਤਾਂ ਬੋਲੀ ਇੰਨੇ ਜੋੜ ਰਹੇ, ਖਾ ਕੇ ਕੀ ਆਇਆ, ਅੱਖਾਂ ਲਾ, ਐਨਕਾਂ ਲਾ, ਅੱਖਾਂ ਨਹੀਂ ਲਾਉਣੀਆਂ, ਐਨਕਾਂ ਲਾ, ਐਨ ਮੂੰਹ ਕਰ, 2 ਮਿੰਟ ਕਰ ਐਨ ਮੂੰਹ, ਧੁੱਪ ਬਾਹਰ ਆ, ਉਹਨਾਂ ਨਾਲ ਅੱਖਾਂ ਅੱਡ ਹੋ ਗਈਆਂ ਮੇਰੀ ਗੱਲ ਸੁਣ, ਧੁੱਪ ਤਾਂ ਤੇਰੇ ਪਿੱਛੇ ਪਾਸੇ ਪਈ ਨਾ ਸਿਰ ਦੇ, ਮੂੰਹ ਕਦੇ ਲੁਕਾਉਣਾ, ਅੱਖਾਂ ਏਦਾਂ ਨੀ ਨਿੱਕੀਆਂ ਹੋਣੀਆਂ,
ਐ ਨੂੰ ਕਰ ਅੱਖਾਂ ਦਿਖਾ, ਅੱਖਾਂ ਦਿਖਾ, ਅੱਖਾਂ ਦੁਖਦੀਆਂ ਤਾਂ ਕਰ। ਕੱਲ ਵੀ ਅੱਛਾ ਨਿੱਕੀਆਂ ਕਰਨ ਡਿਆ ਆਪਣੇ ਜਿੱਥੋਂ ਕਿ ਮੈਂ ਨਿੱਕੀਆਂ ਕਰ ਲੂੰਗਾ। ਮੇਰੀ ਗੱਲ ਸੁਣ, ਤੇਰੀਆਂ ਅੱਖਾਂ ਪਾੜ ਜਾਣੀਆਂ, ਥੋੜਾ ਘੱਟ ਕਪੀਆ ਕਰ, ਠੀਕ ਹੈ, ਸ਼ਰਮ ਕਰ। ਮੇਰਾ ਭਰਾ ਪਤਾ ਕੀ ਆ, ਇੰਨਾ ਤੇ ਪਿਆਰ ਆ, ਸਾਲੇ ਸੁਧਰ ਜਾਓ। ਕੀ ਕਰਦੇ ਆ ਫੇਰ, ਕੱਲ ਵੀ ਤੇਰਾ ਇਹੀ ਹਾਲ ਸੀ, ਅੱਜ ਵੀ ਤੇਰਾ ਇਹੀ ਹਾਲ ਹੈ, ਕੱਪੜੇ ਤੂੰ ਪਾਉਣਾ ਟੌਹਰੀ ਕੰਮ, ਬੰਦਾ ਤੂੰ ਬਣਦਾ ਨੀ। ਮੈਂ ਸਾਲੇ ਉਹ ਸੈਂਟਰ ਚ ਕਾ ਦਿੰਦੇ ਜਿਹੜੇ ਜਿਹੜੇ ਮਾੜੇ ਕੰਮ ਕਰਦੇ, ਸਹੀ ਗੱਲ ਨੀ ਹੈ ਪੁੱਤ। ਚੱਲ ਵੀ ਕਰ, ਐਤਕੀ ਨਿਹੰਗਾਂ ਵਾਲੇ ਸੈਂਟਰ ਕਰੀ, ਅਗਲਿਆਂ ਨੇ ਜਦੋਂ ਮਾਰ ਮਾਰ ਡੰਡੇ ਇਹਨਾਂ ਨੂੰ ਸੈੱਟ ਕੀਤਾ ਨਾ, ਓਏ ਕਰ ਲਾ ਕਾਲ ਫੇ, ਚੈਲੰਜ ਦਿੰਦਾ ਸੇਵਾ ਨੂੰ ਨੀ ਪੁੱਤ, ਤੈਨੂੰ ਚੁਕਾਉਣਾ, ਠੀਕ ਆ। ਚੱਲ ਮੇਰੀ ਗੱਲ ਸੁਣ, ਆਹ ਕੈਮਰਾ ਆ, ਤੂੰ ਅੱਜ ਕੋਈ ਇੰਨਾ ਕਹਿ ਦੇ ਸਰ ਕਿ ਤੂੰ ਅੱਜ ਕੁਛ ਗਲਤ ਮਲਤ ਨਹੀਂ ਕੀਤਾ ਕਰਦਾ ਕੈਮਰੇ ਚ, ਕਿ ਤੁਹਾਨੂੰ ਸੁਣਿਆ ਕੈਮਰਾ ਹੱਥ ਜੀ ਜੋ ਵੀ ਆ ਸੱਚ ਦੱਸੀ, ਬਾਕੀ ਪਤਾ ਕਰਾ ਲਿਆ ਕਾਹਨੂੰ ਫਿਰ ਯਾਰ, ਕਾਹਨੂੰ ਯਾਰ, ਸਭ ਹੀ ਯਾਰ ਫਿਰ ਮਾੜੀ ਗੱਲ ਆ, ਮਾੜੀ ਗੱਲ ਆ ਕੀ ਕਿਉਂ, ਜਦ ਪਤਾ ਆ ਬਲੌਗਰ ਕੋਲ ਚੱਲਾਂ ਵੀਡੀਓ ਤਾਂ ਆਨ ਹੋਊਗੀ, ਹੈਂ ਪਹਿਲਾਂ ਤਾਂ ਬੜਾ ਪਾਇਆ ਭਾਜੀ ਆ ਜੀ, ਵੱਡੇ ਭਰਾ ਨੂੰ ਵੀ ਸਾਲੋ ਲਾਉਣਾ ਹੋਣਾ, ਹੈਂ ਵੱਡੇ ਭਰਾ ਨੂੰ ਵੀ ਲਾਉਣਾ, ਵੱਡੇ ਭਰਾ ਤੋਂ ਰਹਿਣ ਦੇ ਕੁਛ, ਮੈਂ ਵਿਆਹ ਭਰਿਆ ਬੰਦਾ ਤੇਰੇ, ਵਿਆਹ ਭਰਿਆ ਤੂੰ ਵੀ ਆ, ਹੁਣ ਤਾਂ ਤੇਰੀ ਕੁੜੀ ਵੀ ਬਰਾਬਰ ਦੀ ਹੋ ਗਈ, ਮੇਰੀ ਵੀ ਕੁੜੀ ਵੱਡੀ ਹੋਣੀ, ਇਸ ਕਰਕੇ ਮੈਂ ਨੀ ਇਸ ਕੰਮੀ ਪੈਣਾ, ਮੈਂ ਆਪ ਹੀ ਨਿਕਲਿਆ, ਨਿਕਲਿਆ ਕੋਸ਼ਿਸ਼ ਕਰ ਰਿਹਾ ਸਾਲਿਆ, ਤੇਰਾ ਕੀ ਕਹਾਂ, ਤੇਰੀ ਧੌਣ ਬਾਹਰ ਆ ਖੂਹ ਚੋਂ, ਤੇਰਾ ਸਾਰਾ ਸਰੀਰ ਡੁੱਬਿਆ ਪਿਆ ਖੂਹ ਚ, ਤੇ ਥੱਲਿਓ ਤੇਰੇ ਦੋ ਤਿੰਨ ਜਾਣਿਆਂ ਨੇ ਲੱਤਾਂ ਖਿੱਚੀਆਂ ਹੋਈਆਂ, ਤੂੰ ਕਿਹੜੇ ਪਾਸੇ ਬਾਹਰ ਆ ਯਾਰ, ਤੈਨੂੰ ਤਾਂ ਥੱਲਿਓ ਖਿੱਚ ਜ਼ਿਆਦਾ ਪਈ ਹੋਈ ਆ, ਉੱਪਰ ਤੈਨੂੰ ਹੱਥ ਫੜਾਉਣ ਵਾਲਾ ਕੋਈ ਨੀ, ਅੱਜ ਫੜ ਲੈਂਦੇ ਹੱਥ ਤੇਰਾ, ਚੱਲ ਚੱਲੀਏ ਸੈਂਟਰ, ਚੱਲੀਏ ਸੈਂਟਰ, ਦਿਨ ਦੱਸ ਕਿੰਨੇ ਆਨਲਾਈਨ, ਦੱਸ ਕਿੰਨੇ ਦਿਨ ਮੰਗਦਾ, ਸੋਚ ਕੇ ਦੱਸੀ, ਉਦੋਂ ਅਗਲੇ ਦਿਨ ਤੂੰ ਸੈਂਟਰ ਆਉਣਾ, ਪਿਛਲੀ ਵਾਰ ਵੀ ਛੱਡਤਾ ਸੀ ਮੈਂ, ਤਰੀਕ ਕਿ ਜਿੱਦਣ ਤੂੰ ਕੁਛ ਨੀ ਇਹ ਕਹਿ ਦੇਗਾ, ਚੱਲ ਠੀਕ ਹੈ ਦਵਾਈ ਖਾ ਲਾ, ਕਲੀਨ ਹੋਣ ਨੂੰ ਤਾਂ ਬਹੁਤ ਦਿਨ ਲੱਗ ਜਾਂਦੇ, ਚੱਲ ਛੱਡ ਉਹ, ਬਸ ਇੰਨਾ ਉਦਾਂ ਹੀ ਪਤਾ ਲੱਗ ਜਾਂਦਾ ਕਿੰਨੇ ਦਿਨਾਂ ਤੱਕ, ਕਿੰਨੇ ਦਿਨ ਲੈਣਾ, ਚੱਲ ਲੈ ਲਾ ਖੁੱਲ ਕੇ ਲੈ ਲਾ, ਬੋਲ ਜਾਂ ਹੁਣ ਘਰੇ ਫੋਨ ਕਰਕੇ ਪੁੱਛ, ਹੈਂ ਇਹਨੇ ਉਹ ਦੇਖਿਆ ਨਾ ਕਿੰਨੀ ਕਿੰਨੀ ਤਰੀਕ ਤੱਕ ਪੈਸੇ ਆਉਣੇ ਆ, ਜਦੋਂ ਪੈਸੇ ਨਹੀਂ ਆਉਣੇ ਉਦੋਂ ਬਾਅਦ ਚੱਲ 23 ਤਰੀਕ ਤੋਂ ਬਾਅਦ ਵਿਸਾਖੀ ਉਹਨਾਂ ਦੀ ਫੇਰ ਵੀਡੀਓ ਬਣੂਗੀ, ਤੇ ਫੇਰ ਚਲੋ ਜੇ ਕਿਸੇ ਹੋਰ ਨੇ ਬੋਲਣਾ ਉਹਦੇ ਨੂੰ ਕੈਮਰਾ ਘਵਾਇਆ ਜਾਵੇ, ਓਏ ਮੇਰੀ ਗੱਲ ਸੁਣ, ਇੰਨੀਆਂ ਅੱਖਾਂ ਅੱਡਦਾ ਤਾਂ ਭਾਬੀ ਉਹਨੂੰ ਪਤਾ ਨੀ ਲੱਗਾ, ਨਹੀਂ ਕੀ ਭਾਬੀ ਕਰਦੀ, ਉਹ ਸੋ ਜਾਂਦੇ ਉਸ ਵੇਲੇ ਸੁੱਤੇ ਹੁੰਦੇ ਦੁਪਹਿਰ ਟਾਈਮ, ਅੱਛਾ ਤਾਂ ਫਿਰ ਜਦੋਂ ਤੂੰ ਜਾਣਾ ਉਦੋਂ ਨਾ ਪਤਾ ਲੱਗੂ, ਉਦੋਂ ਉੱਤਰ ਜਾਂਦੇ ਉਦੋਂ ਮੈਸੇਜ ਆ ਕੇ, ਭਾਬੀ ਦੇਖ ਲਾ ਤੇਰਾ ਘਰ ਫੱਟ ਹੁੰਦਾ, ਉਹਨੂੰ ਕਿਹੜਾ ਪੰਜਾਬੀ ਸਮਝ, ਐਕੇ ਨੂੰ ਆਹ ਉਹ ਫਾਇਦਾ, ਉਹਨੂੰ ਪੰਜਾਬੀ ਸਮਝ ਨਹੀਂ ਆਉਣੀ ਬਲੈਤਣ ਨੂੰ, ਤਾਂ ਇਹ ਸਾਲਾ ਫਾਇਦਾ ਉਹਨੂੰ, ਚੱਲ ਠੀਕ ਹੈ ਪੰਜਾਬੀ ਨਹੀਂ ਸਮਝ ਆਉਂਦੀ, ਉਹ ਤੇਰੀ ਬੋਡੀ ਲੈਂਗੁਏਜ ਆ, ਤੇਰੀਆਂ ਅੱਖਾਂ ਤੋਂ ਨਹੀਂ ਪਛਾਣ, ਮੈਂ ਜਿੱਦਾਂ ਜਿੱਦਾਂ
ਬੈਡਰੂਮ ਤੱਕ ਨੀ ਗੱਲਾਂ ਜਾਣੀਆਂ ਕਿੱਦਾਂ ਦੀਆਂ ਮੈਂ ਗੱਲਾਂ ਚੜਨ ਲੱਗਾ ਸੀ ਪਰਿਵਾਰਕ ਬਲੌਗ ਤੈਨੂੰ ਕੋਈ ਪੁੱਛਦੇ ਨੀ ਕਿ ਹਾਂ ਬਈ ਸਭੀ ਤੂੰ ਥੱਕਿਆ ਪਿਆ ਆ ਹਾਂਜੀ ਵੀਰੇ ਚਲੋ ਚੱਲੀਏ ਗੱਡੀ ਆ ਗਈ ਬਾਹਰ ਹੁਣ ਲੱਪ ਚ ਏਸੀ ਬੰਦ ਕਰ ਦੋ ਅੱਜ ਮੈਂ ਸੋਚਿਆ ਕਿ ਗੱਡੀ ਚੇਂਜ ਕਰਕੇ ਚੱਲਦੇ ਹਾਂ ਛੇ ਛੇ ਬੂਟੇ ਨਾਲ ਹੋਰ ਵੀ ਆ ਕੋਈ ਸਾਰੇ ਬੈਠਾ ਕਿੱਦਾਂ ਤੂੰ ਹੀ ਆ ਨਾ ਕੀ ਬੋਲਦਾ ਏ ਕਹਿਣਾ ਕੀ ਚਾਹੁੰਦਾ ਹੁਣ ਬੰਦੇ ਪਹਿਲੋਂ ਪਿੱਛੇ ਬਹਿ ਜਾਓ ਮੇਰੇ ਭਰਾ ਚੱਲ ਸਨੀ ਤਾਂ ਮਾੜਾ ਆ ਪ੍ਰਿੰਸ ਵੀ ਨਿਗਰ ਆ ਤੇ ਹੁਣ ਦੇਖ ਲਓ ਕੌਣ ਕੌਣ ਬੈਠੂਗਾ ਚੱਲ ਠੀਕ ਆ ਆਹੋ ਤਾਂਹੀਓ ਤਾਂ ਮੈਂ ਵੀ ਮੋਹਰੇ ਬਹਿਣ ਲੱਗਾ ਭਰਾ ਆਪੇ ਹੀ ਬਹਿ ਜਾਓ ਜਿਹਨੇ ਜਿਹਨੇ ਬਹਿਣਾ ਮੈਂ ਚੱਲਾਂ ਯਾਰ ਉਹ ਬਹੁਤ ਬਹੁਤ ਤੰਗ ਬੈਗ ਵੀ ਯਾਰ ਸਹੀ ਤਾਂ ਕਰ ਲਾ ਬੈਗ ਵੀ ਪਿਆ ਕੁੜੀ ਦਾ ਏਦਾਂ ਨੀ ਖੁੱਲਦਾ ਲੋਕ ਇੱਥੋਂ ਖੁੱਲ ਜਾਣੇ ਵਾ ਪੋਮੇ ਨੂੰ ਡਿੱਗੀ ਚ ਪਾ ਲੋ ਡਿੱਗੀ ਵੀ ਵੱਡੀ ਹੈ ਨਾ ਜੇ ਹਿਸਾਬ ਨਾਲ ਤੇਰੀ ਹਾਲਤ ਆ ਆ ਦੇ ਨੱਕ ਦੇਖੋ ਗਰਮੀ ਨਾਲ ਚੋਣ ਡਿਆ ਮੈਂ ਤਾਂ ਏਦਾਂ ਲੱਗਦਾ ਡਿੱਗੀ ਜੀ ਪੈ ਕੇ ਆਇਆ ਇਹ ਹਾਲਤ ਵਾਈਪਰ ਓ ਮਾਈ ਗੋਡ ਧੁੱਪ ਦੇ ਵਿੱਚ ਤੂੰ ਸੋਚ ਇਹਦੀ ਆ ਹਾਲਤ ਤੁਸੀਂ ਯਾਰ ਮੇਰੀ ਕਹਿੰਦਾ ਨਿਗਾਲੀ ਆ ਪਾਗਲ ਪਤਾ ਗੱਲ ਨੀ ਲੱਭੀ ਮਸਾ ਲੱਭੀ ਜ਼ਰੂਰ ਜੇ ਨਹੀਂ ਲੱਭੀ ਹੋਰ ਲਿਆਉਂਦਾ ਮੈਨੂੰ ਕਹਿੰਦੀ ਡਾਕਟਰ ਕਹਿੰਦੀ ਹੈਗੀ ਆ ਬਣਾ ਅੱਗੇ ਬਣਾ ਲੈਂਗੇ ਸਰ ਭੁੰਡੀ ਫੜ ਚੱਲੀ ਬਹਿ ਸਕਦੇ ਯਾਰ ਸਾਫ ਸਫਾਈ ਨੂੰ ਤੂੰ ਵੀ ਸਿਰੇ ਹੀ ਲਾਇਆ ਹੋਇਆ ਸਾਫ ਸਫਾਈ ਨੂੰ ਸਿਰੇ ਹੀ ਲਾਇਆ ਹੋਇਆ ਵਾਹ ਤਿੰਨ ਦਿਨ ਹੋ ਗਿਆ ਤੇਰੇ ਭਰਾ ਨੂੰ ਪੱਠੇ ਢੂੰਗਾ ਵਾਹ ਵਾਹ ਇਹ ਹੁੰਦੀ ਆ ਭਰਾ ਅਮੀਰੀ ਲੋ ਟੀ ਸ਼ਰਟ ਲੋਕਾਂ ਅਮੀਰੀ ਦੀਆਂ ਪਾ ਕੇ ਅਮੀਰੀ ਨੀ ਜਿਹੜੇ ਗੱਡੀ ਮਾਈਕਰਾ ਚ ਪੱਠੇ ਢੋਂਦੇ ਆ ਨਾ ਉਹ ਹੁੰਦੀ ਅਮੀਰੀ ਅਮੀਰੀ ਅੱਜ ਪਤਾ ਲੱਗਾ ਅਮੀਰੀ ਦੀ ਟੀ ਸ਼ਰਟ ਪਾ ਕੇ ਅਮੀਰੀ ਨਹੀਂ ਦਿਖਾਈ ਜਾ ਸਕਦੀ ਜਦੋਂ ਤੱਕ ਇਹਦੇ ਵਿੱਚ ਪੱਠੇ ਢੋਤੇ ਮੁੰਡੇ ਨੇ ਚੱਲ ਯਾਰ ਤੂੰ ਤਾਂ ਯਾਰ ਬਹਿ ਜਾਓ ਯਾਰ ਮਨੀ ਬੈਠੋ ਯਾਰ ਇੱਕ ਜਣਾ ਰਹਿ ਗਿਆ ਮਨੀ ਜਲਦੀ ਮੋਰੇ ਆਇਆ ਭਾਵੇਂ ਮੈਨੇ ਬਹਿ ਜਾਣਾ ਤੇ ਉਹ ਪ੍ਰਿੰਸ ਬਹਿ ਗਿਆ ਚਲੋ ਬੈਠੋ ਉਹ ਯਾਰ ਪਿੱਛੇ ਵੀ ਆ ਗਿਆ ਮੋਹਰੇ ਵੀ ਗੱਡੀ ਆ ਗਈ ਲਾ ਕੇ ਰੱਖ ਲਾ ਬਾਅਦ ਚ ਕਰ ਲਾ ਭਾਜੀ ਇੱਧਰ ਨੂੰ ਬੈਕ ਕਰਨੀ ਪੈਣੀ ਮੋਹਰੇ ਵੀ ਗੱਡੀ ਖੜੀ ਆ ਕਿਹੜੇ ਘਰ ਚ ਘੁਮਾਓ ਨਾ ਬੈਠੋ ਤਾਂ
ਬੈਠੋ ਸਹੀ ਬੈਠੋ ਤਾਂ ਸਹੀ ਘੁਮਾਊਂਗਾ ਜੀ ਸਾਬੀ ਨੂੰ ਤਾਰ ਦਈਏ ਸਾਬੀ ਚੱਲ ਐਨਕ ਯਾਰ ਗੱਡੀ ਚ ਔਖੇ ਹੋ ਗਏ ਮੈਂ ਕਹਿੰਦਾ ਬਲੀਨੋ ਕਿੱਥੇ ਆ ਬਲੀਨੋ ਉਹ ਮੇਰੀ ਗੱਲ ਸੁਣ ਸਾਬੀ ਬਲੀਨੋ ਹੈਗੀ ਆ ਤੂੰ ਕਦੇ ਆਏ ਦੱਸੀ ਚੁੱਪ ਕਰੀ ਚੁੱਪ ਕਰੀ ਉਹਨੂੰ ਸਾਈਡ ਤੇ ਸਨੀ ਆਇਆ ਨੂੰ ਸਨੀ ਸਾਬੀ ਕਦੇ ਆਇਆ ਸਾਲਿਆ ਬਲੀ ਜੇ ਬਲੀਨੋ ਖੜੀ ਇੰਨੀ ਦੂਰ ਪੈ ਦੋ ਤਿੰਨ ਗੱਡੀਆਂ ਇਕੱਠੀਆਂ ਖੜੀਆਂ ਕਰਤੀਆਂ ਇੱਕ ਗੱਡੀ ਮੈਂ ਕਹਿੰਦਾ ਬਾਈ ਉਹਨਾਂ ਦੀ ਲੈ ਚੱਲੀ ਸੋਨੂੰ ਆਪਣੇ ਭਰਾ ਉਹ ਨਹੀਂ ਇੱਥੇ ਚਾਰ ਆ ਗਵਲੀ ਤੇ ਚਾਰ ਤਾਂ ਫੋਰਚੂਨਰ ਚ ਬਿਠਾਉਣੇ ਔਖੇ ਹੋ ਜਾਂਦੇ ਆ ਡਰਾਈਵਰ ਚ ਬਿਠਾਉਣੇ ਔਖੇ ਹੋ ਜਾਂਦੇ ਇਹ ਤਾਂ ਫੇਰ ਯਾਰ ਇੱਕ ਗੱਲ ਮੈਂ ਦੇਖ ਲਈ ਫੇਰ ਡਾਇਲੋਗ ਮੇਰਾ ਚੱਕ ਲਿਓ ਅਮੀਰੀ ਦੀ ਟੀ ਸ਼ਰਟ ਪਾਉਣ ਨਾਲ ਅਮੀਰ ਨੀ ਦਿਖਾਏ ਜਾ ਸਕਦੇ ਅੱਜ ਪਤਾ ਲੱਗ ਗਿਆ ਭੋਮੇ ਹੁਣੀ ਪੱਟੇ ਮਾਈਕ ਰਾਜ ਢਾਉਂਦੇ ਆ ਦੇ ਦੇਣਗੇ ਤੈਨੂੰ ਸਾਲਿਆ ਅੱਗੇ ਜੰਗ ਹੋ ਜਾਂਦੀ ਨਾ ਕਦੀ ਕਦੀ ਆਪਣੀ ਸ਼ਹਿਰ ਨੂੰ ਓਏ ਗੱਡੀ ਸ਼ਹਿਰ ਨੂੰ ਲੈ ਜਾ ਰਹੇ ਅੱਛਾ ਉੱਪਰੋਂ ਜਾਲੀ ਖਿੱਚਣ ਲੱਗ ਪਏ ਪਾੜ ਨੀ ਲਗਾਏ ਚੰਗੀ ਤਰ੍ਹਾਂ ਤੋੜ ਭੰਨ ਕਰੀ ਜਿਹੜੀ ਵੀ ਹੱਥ ਆਵੇ ਤੈਨੂੰ ਵੀ ਸਿਖਾ ਕੇ ਲਿਆ ਨਾ ਆਪ ਵੀ ਏਦਾਂ ਹੀ ਕਰਦਾ ਇਹ ਮੈਂ ਇਹਨੂੰ ਕਿਹਾ ਇਹ ਇੱਕ ਦਿਨ ਫੋਰਚੂਨਰ ਚਲਾਉਣ ਲੱਗ ਪਿਆ ਮੈਂ ਕਿਹਾ ਆਪਣੀ ਸਮਝ ਕੇ ਚਲਾਈ ਮੇਰਾ ਭਰਾ ਦੇ ਟੋਏ ਚ ਟੋਏ ਏਦਾਂ ਮੇਰੇ ਜੰਪ ਹੀ ਲਵਾ ਤੇ ਕਹਿੰਦਾ ਭਾਜੀ ਆਪਣੀਆਂ ਤਾਂ ਅਸੀਂ ਏਦਾਂ ਦਾ ਭਾਜੀ ਆਪਣੀਆਂ ਤਾਂ ਅਸੀਂ ਏਦਾਂ ਹੀ ਚਲਾਉਂਦੇ ਮੈਂ ਕਿਹਾ ਰਹਿਣ ਦੇ ਭਰਾ ਤੂੰ ਏਦਾਂ ਸਮਝ ਕਿਸੇ ਦੀ ਆ ਉਹ ਭਾਜੀ ਕਿੱਦਾਂ ਹਾਲ ਚਾਲ ਭਾਜੀ ਕਿੱਥੇ ਗੱਡੀ ਖੜੀ ਆ ਆਪਣੇ ਘਰੇ ਕੋਈ ਕਿਹੜੀ ਖੜੀ ਆ ਥਾਰ ਖੜੀ ਆ ਦੇ ਦੇ ਯਾਰ ਮੈਂ ਸ਼ਹਿਰ ਜਾਣਾ ਬੰਦੇ ਜਾਂਦੇ ਹੋ ਥਾਰ ਚਾਹੀਦੀ ਆ ਸੱਚੀ ਚਲਾਉਣੀ ਆ ਥਾਰ ਅੱਜ ਤੁਸੀਂ ਕਰੋ ਮੇਰੇ ਸਾਹਮਣੇ ਕਰੋ ਨਾਲੇ ਬੜਾ ਗੁਰੂ ਘਰ ਦੀ ਫੋਟੋ ਪਾ ਦਈਏ ਇਹ ਨਹੀਂ ਥਾਰ ਚ ਚਲ ਜਾਂਦੇ ਆ ਗੱਡੀ ਕਰ ਦਾਂਗੇ ਉੱਤੇ ਕਹਿੰਦਾ ਐਸਾ ਹੋਇਆ ਨਹੀਂ ਉਹ ਕਦੇ ਮਾਰਾ ਟਰਨ ਮੈਂ ਜਦੇ ਗੱਡੀ ਗੁਰੂ ਘਰੇ ਰੁਕੇ ਬਿਨਾਂ ਲੰਘੀ ਗੋਰੀਏ ਆਹੀ ਗੱਲ ਗੱਭਰੂ ਦੀ ਚੰਗੀ ਗੋਰੀ ਰਾਮਾ ਮੰਡੀ ਆ ਭਾਜੀ ਨਹੀਂ ਮੈਂ ਦੂਜੀ ਲੈ ਕੇ ਜਾਂਦਾ ਕੋਈ ਹੋਰ ਖੜੀ ਆ ਕਿਹੜੀ ਨਵੀਂ ਖੜੀ ਆ ਜਿਹੜੀ ਤਾਜ਼ੀ ਲਿਆਉਂਦੀ ਆ
ਉਹ ਕਿੰਨੀ ਸੀਟਰ ਆ ਭਾਜੀ? 7 ਚਲ ਆ ਭਾਜੀ ਮੇਰਾ ਦੇ ਦੇ ਮੈਨੂੰ, ਮੈਂ ਸੀਰੀਅਸ ਮੈਂ ਸ਼ਹਿਰ ਜਾਇਆ। ਚੱਲ ਨਹੀਂ ਭਾ ਉਦਾਂ ਭਾਜੀ ਦਾ ਦਿਲ ਦੇਖ ਲਾ। ਨਹੀਂ ਭਾਜੀ ਮੈਂ ਉਦਾਂ ਹੀ ਬਲੌਗ ਬਣਾਉਣਾ, ਇੱਦਾਂ ਚੱਲ ਜਾਣਾ, ਉਦਾਂ ਹੀ ਮਾਰ ਦੇ ਭਾਜੀ ਨੇ। ਆਰਟੀਕਲ ਲਿਆਂਦੀ ਨੂੰ ਕਿੰਨੇ ਦਿਨ ਹੋਏ ਸਹੀ ਦੱਸੀ ਭਾਜੀ? ਕਹਿੰਦਾ ਚਲੋ ਚੱਲੀਏ। ਨਹੀਂ ਭਾਜੀ ਜੇ ਥਾਰ ਹੁੰਦੀ ਮੈਂ ਲੈ ਜਾਣੀ, ਆਰਟੀਕਲ ਬਹੁਤ ਵਧੀਆ, ਪਰ ਥਾਰ ਚ ਮੈਂ ਨਾ ਕੰਪਲੇਂਟ ਜਿਹੜੀ ਆਈ ਆ ਅਲੋਏ ਵੀਲ ਦੀ, ਉਹ ਨਾਲੇ ਮੈਂ ਬਲੌਗ ਬਣਾਉਣਾ ਸੀ, ਨਾਲੇ ਕੰਪਲੇਂਟ ਕਰਨੀ। ਹਲੇ ਉਹ ਉਹਨਾਂ ਨੂੰ ਇਹ ਆ ਨਾ ਕਿ ਇੰਨੇ ਮਹਿੰਗੇ ਆਪਾਂ ਅਲੋਏ ਪਵਾਏ ਆ, ਸਾਰਾ ਕਰੋਮ ਉਹਦਾ ਝੜ ਗਿਆ, ਆਪਾਂ ਕਰਕੇ ਹੋਣਾ ਸੈੱਟ ਯਾਰ, ਇਹ ਕਿਹੜੀ ਗੱਲ ਹੈ? ਨਹੀਂ ਨਹੀਂ ਕੋਈ ਨੀ, ਬਰਾਮਾ ਮੰਡੀ ਥੋੜ੍ਹੀ ਜਾਣਾ, ਜਾਣੂ ਤਾਂ ਸੇਵਾ ਤਾਂ ਇੱਥੇ ਕਰਕੇ ਆਉਣੀ ਹੈ। ਚੰਗਾ ਭਾਜੀ ਮੇਰੀ ਕਹਿੰਦਾ ਸਨੀ ਬਲੀਨੋ ਚੱਕ ਲੈ ਜਰੂਰ ਲੈਣੇ ਭਾਵੇਂ, ਪਰ ਦੋ ਗੱਡੀਆਂ ਚ ਨੀ ਜਾਣਾ ਆਪਾਂ, ਪਤਾ ਕੀ ਆ ਸੇਵਾ ਕਰਨ ਚੱਲੇ ਆ, ਆਪਾਂ ਬਦਮਾਸ਼ੀ ਕਰਾਉਣ ਥੋੜੋ ਜਾਣਾ। ਨਹੀਂ ਯਾਰ ਉਹ ਵੀ ਚੱਲ ਜੂਗੀ, ਇਹ ਤਾਂ 4 ਦਿਨ ਹੋ ਗਏ, 2 ਦਿਨ ਸੇਵਾ ਦੇਣਾ ਇੰਨੇ ਤੰਗ ਹੋ ਗਏ ਆਪਾਂ ਤੰਗ ਆ, ਲੋਕਾਂ ਵੱਲੋਂ ਆਈ ਹੋਈ ਸੇਵਾ ਆ ਭਾਵੇਂ। ਪਰ ਇੱਕ ਗੱਲ ਯਾਰ, ਮੈਂ ਨਾ ਵੀਡੀਓ ਪਾਈ ਸੀ ਭਾਵੇਂ ਤੇ ਤੂੰ ਵੀ ਨਾਲ ਹੀ ਸੀਗਾ, ਮੈਂ ਸੋਚਿਆ ਐਤਕੀ ਮੈਂ ਕਿਹਾ ਸੇਵਾ ਚੰਗੀ ਕਰੂਗੇ, ਮੈਂ ਨੀ ਕਹਿੰਦਾ ਕਿਸੇ ਨੇ ਕੀਤੀ ਨੀ, ਬਹੁਤ ਜਿਹੜਾ ਮੁੰਡੇ ਨਾ ਗੂਗਲ ਪੇ ਕਰਦੇ ਆ ਅੱਜ ਕੱਲ, ਜੇ ਕਿਸੇ ਤੋਂ 8 ਰੁਪਏ ਸਰੇ ਉਹਨੇ 8 ਪਾਏ, ਕਿਸੇ ਤੋਂ 10, 20, 100, 100 ਦੀ ਤਾਂ ਲੜੀ ਲੱਗੀ ਰਹੀ ਨਾ, 100-50 ਦੀ, ਤੇ ਲਾ ਲਾ ਇਹਦੇ ਦੂਜਾ 1,000, 3,000 ਇਹ ਘੱਟ ਹੋਇਆ, 5, 1 ਤੇ 5 ਏਦਾਂ ਕਰਕੇ ਨਾ ਆਪਣੇ ਕੁੱਲ ਮਿਲਾ ਕੇ 50 ਦੇ ਕਰੀਬ ਆ ਗਿਆ ਆ, ਠੀਕ ਆ। ਪਰ ਮੈਂ ਸੋਚਿਆ ਜ਼ਿਆਦਾ ਸੀ ਕਿ ਚੱਲ ਜ਼ਿਆਦਾ, ਫਿਰ ਵੀ ਚੱਲ ਵੀਡੀਓ ਹੈਗੀ ਆ। ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਭਰਾ ਦੀ ਵੀਡੀਓ ਪਾਈ ਸੀਗੀ, ਉਹਦੀ ਵਾਈਫ ਬਿਮਾਰ ਬਹੁਤ, ਢਿੱਲੀ ਬਹੁਤ, ਘਰੋਂ ਮੁੰਡਾ ਤੰਗ ਬਹੁਤ ਆ, ਉਹਨੇ ਮੈਨੂੰ ਗੁਜ਼ਾਰਿਸ਼ ਕੀਤੀ ਅਤੇ ਚਲੋ ਮੈਂ ਕਿਹਾ ਕੋਈ ਨਾ ਸਾਡੀ ਵੀਡੀਓ ਨਾਲ ਭਲਾ ਹੁੰਦਾ ਤੇਰਾ ਕਰਾਂਗੇ, ਅਤੇ ਬਹੁਤ ਤੁਸੀਂ ਹੈਲਪ ਕੀਤੀ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਬਹੁਤ ਚੰਗੇ ਆ, ਸੱਚੀ ਮਜ਼ਾਕ ਨਹੀਂ ਕਰਦਾ। ਜਿਹੜੇ ਬੰਦਿਆਂ ਨੇ 10, 20, 50, 100, 500, 1,000 ਜਿਹੜਾ ਵੀ ਪਾਇਆ ਨਾ, ਭਾਵਾਂ ਜਿੰਨੇ ਵੀ ਹੋਏ ਯਾਰ, ਸਹੁੰ ਲੱਗੇ ਪਰਮਾਤਮਾ ਦੀ, ਜਿਹਨੇ ਮਤਲਬ ਇੱਕ ਤੋਂ ਮੈਸੇਜ ਆਇਆ ਕਹਿੰਦਾ ਭਾਅ ਜੀ ਮੇਰੇ ਤੋਂ 25 ਰੁਪਏ ਸੀਗੇ, ਮੈਸੇਜ ਮੇਰੇ ਤੋਂ ਪੜਿਆ ਗਿਆ ਨਾ, ਕਹਿੰਦਾ 20 ਮੈਂ ਤੁਹਾਨੂੰ ਪਾ ਦਿੱਤੇ ਆ। ਮੈਂ ਕਿਹਾ ਤੇਰੇ ਸਦਕੇ, ਇਹ ਹੁੰਦਾ ਕਿ ਪਿਆਰ ਕੇ ਸਾਡੇ ਮੂੰਹ ਨੂੰ ਪਾ ਦਿੱਤੇ ਜੇ ਲਾ ਲਓ, ਜਾਂ ਦਸਬੰਧ ਕੱਢਣ ਨੂੰ ਪਾ ਦਿੱਤੇ। ਪਰ ਐਤਕੀ ਮੈਨੂੰ ਪਤਾ ਕੀ ਲੱਗੇ, ਮੈਂ ਕਿਹਾ ਉਹਦੀ ਹੈਲਪ ਚੱਜ ਨਾ ਹੋ ਜੂ, ਨਾਲ ਲੱਗਦੀ ਇੱਕ ਹੋਰ ਦੀ ਵੀ ਹੈਲਪ ਕਰਨੀ, ਉਹਦੀ ਵੀ ਹੋ ਜੂ, ਉਹ ਜਮਸ਼ੇਰ ਦੇ ਆ ਹਨਾ, ਜਮਸ਼ੇਰ ਦੇ, ਹਾਂ ਮੈਂ ਉਹ ਸਮਝਿਆ ਸੀ। ਪਰ ਹੱਲੇ ਤੱਕ ਕੁੱਲ ਮਿਲਾ ਕੇ ਜਿੱਥੇ ਤੱਕ ਮੋਮੈਂਟ ਰੁਕਿਓ, ਗੱਡੀ ਵੱਜੀ, ਕੁੱਲ ਮਿਲਾ ਕੇ 50 ਦੇ ਕਰੀਬ ਹੋ ਚੱਲਾ, ਲਾ ਲਓ ਆਪਾਂ 50 ਫੜਾਇਆ ਹੋਣਾ ਉਹਨਾਂ ਨੂੰ, ਕਰੀਬ ਕਰੀਬ 50 ਹੋ ਚੱਲਾ, ਠੀਕ ਹੈ। ਜਿੱਦਾਂ ਜਿੱਦਾਂ ਆਉਂਦੇ ਆਪਾਂ ਫੜਾਉਂਦੇ ਜਾਵਾਂਗੇ। ਪਰ ਗੱਲ ਇੱਕ ਹੋਰ ਵੀ ਆ, ਇੱਕ ਜਮਸ਼ੇਰ ਦੇ ਬੰਦੇ, ਰੁਕ ਜਾ, ਜਮਸ਼ੇਰ ਦੇ ਬੰਦੇ ਆ ਤੇ ਉਹਨਾਂ ਦੀ ਵੀ ਵੀਡੀਓ ਪਾਉਣੀ ਆ, ਆਪਾਂ ਉਹਨਾਂ ਦੀ ਵੀ ਸੇਵਾ ਕਰਨੀ ਚਾਹੁੰਦਾ। ਮੇਰਾ ਯਾਰ ਦੋਸਤ ਹੈ, ਉਹਦੀ ਭਤੀਜੀ, ਖਰੇ ਭਤੀਜਾ ਬਿਮਾਰ ਆ ਬਹੁਤ ਚਿਰ ਦਾ, ਵੀਡੀਓ ਪਾਉਣ ਨੂੰ ਕਹਿੰਦਾ ਸੀ, ਮੇਰੇ ਤੋਂ ਨਹੀਂ ਪਈ ਯਾਰ, ਮੈਂ ਵੀਡੀਓ ਪਾਉਂਦਾ ਹੀ ਨਹੀਂ ਹੁੰਦਾ ਸੀ, ਅਤੇ ਉਹ ਗੁੱਸਾ ਕਰ ਗਏ
ਇਸ ਜਦੋਂ ਹੁਣ ਤੁਸੀਂ ਦਸਵੰਧ ਕੱਢਣੇ ਡੇ ਹੋਏ ਹੋਏ ਗੱਡੀ ਇੰਨੀ ਤੇਜ਼ ਆਈ ਦਸਵੰਧ ਕੱਢਣੀ ਡੇ ਤੁਹਾਡਾ ਤੁਹਾਡੇ ਚੰਗੇ ਹਾਂ ਚੰਗੇ ਚੰਗੇ ਪਾਸੇ ਲਾਵਾਂਗੇ ਇੰਨਾ ਬਿਨਾ ਔਖਾ ਦੇਖ ਆਪਣਾ ਬੈਂਕ ਅਕਾਊਂਟ ਨੰਬਰ ਜਿਹੜਾ ਵੀ ਮੈਂ ਦੇ ਦੂੰਗਾ ਤੇ ਹੱਥ ਜੋੜ ਕੇ ਬੇਨਤੀ ਆ ਕਿ ਹੈਲਪ ਜ਼ਰੂਰ ਕਰਿਓ ਪਲੀਜ਼। ਇੱਕ ਹੋਰ ਮੈਂ ਜਿਹੜੀ ਗੱਲ ਦੱਸ ਲਈ ਭਾਵੇਂ ਪਤਾ ਕੀ ਆ ਮੈਨੂੰ ਦੋ ਮਿੰਟ ਮਾਣ ਮਾਣ ਹੀ ਹੁੰਦਾ ਇਹਦੇ ਭਰਾ ਦੀ ਸੇਵਾ ਮਤਲਬ ਅੰਦੇ ਭਾਣੇ ਲਾਈ ਸੀ ਜਿਹਦੀ ਵੀਡੀਓ ਪਾਈ ਸੀ ਨਾ ਉਸ ਮੇਰੇ ਵੀਰ ਭਰਾ ਨੇ ਉਹਨੇ ਛੁੱਟੀ ਕਰਾ ਕੇ ਉਹਨੂੰ ਘਰ ਜਾਣਾ ਪਿਆ ਕਿਉਂਕਿ ਉਹਦੇ ਮਤਲਬ ਹਾਂ ਮੈਨੂੰ ਪਤਾ ਕਤਲ ਹੋ ਗਿਆ ਆਪਣੇ ਵਾਈਫ ਨੂੰ ਨੀ ਦੱਸਿਆ ਚੱਲ ਹੋਰ ਟੈਨਸ਼ਨ ਲੈ ਕੇ ਕੁਛ ਹੋ ਨਾ ਜਾਵੇ ਉਹਨੇ ਛੁੱਟੀ ਕਰਾਈ ਅੱਜ ਉਹ ਜ਼ਰੂਰ ਗਿਆ ਅੱਜ ਦੱਸਦਾ ਆ ਕਿਉਂਕਿ ਅੱਜ ਦਾਗ ਦੇਣਾ ਸੀ ਤੇ ਉਹਨਾਂ ਤੇ ਹੋਰ ਮਾੜੀ ਘੜੀ ਆਈ ਹੋਈ ਆ ਪਰ ਆਪਣਾ ਜੋ ਫਰਜ਼ ਬਣਦਾ ਜਿਹੜਾ ਤੁਸੀਂ ਦਸਵੰਧ ਪਾਇਆ ਆ ਸੋਹਣਾ ਲੱਗੇ ਪਰਮਾਤਮਾ ਪਰਮਾਤਮਾ ਦੀ ਮਿਹਰ ਨਾਲ ਜਿੰਨੇ ਵੀ ਤੁਸੀਂ ਪਾਏ ਆ ਇਦੋਂ ਸੌ ਸੌ ਗੁਣਾ ਹੋ ਕੇ ਤੁਹਾਨੂੰ ਮੁੜਨ ਤੇ ਤੁਹਾਡੇ ਚੰਗੇ ਲੇਖੇ ਲਾਵਾਂਗੇ ਟੈਨਸ਼ਨ ਨਾ ਲਓ ਤੁਹਾਨੂੰ ਪਤਾ ਮੈਂ ਕਿੱਦਾਂ ਦਾ ਤੇ ਜਦੋਂ ਇਹ ਤੁਹਾਨੂੰ ਪਹਿਲੀ ਮੈਂ ਇਸ ਵਾਰ ਪਤਾ ਕੀ ਆ ਮੈਨੂੰ ਇਸ ਵਾਰ ਵਹਿਮੀ ਬੰਦਾ ਮੈਂ ਯਾਰ ਜਦੋਂ ਮੈਂ ਇੱਕ ਵਾਰ ਕੋਂਟ ਚ ਇੱਕ ਵਾਰ ਪਹਿਲੀ ਵਾਰ ਕਿਸੇ ਦੀ ਸੇਵਾ ਕੀਤੀ ਤਿੰਨ ਚਾਰ ਲੱਖ 12 ਘੰਟੇ ਚ ਆ ਗਿਆ ਉਦੋਂ ਬਾਅਦ ਵੀਡੀਓ ਮੈਂ ਕਰਤੀ ਬੰਦ ਕਿਉਂਕਿ ਉਹਨਾਂ ਦੀ ਪੂਰਤੀ ਹੋ ਗਈ ਸੀ ਵੀਡੀਓ ਬੰਦ ਕਰਦੇ ਕਰਦੇ ਵੀ ਮੇਰੇ ਭਰਾਵਾਂ ਨੇ ਕਿੰਨੇ ਪਾਤੇ ਫਿਰ ਦੂਜੀ ਇੱਕ ਵਾਰ ਮੈਂ ਗਿਆ ਪਤਾ ਨੀ ਕਿੱਥੇ ਲੁਧਿਆਣੇ ਸ਼ਾਇਦ ਖਰੇ ਪਤਾ ਨੀ ਕਿੱਥੇ ਉਹਨਾਂ ਨੂੰ ਖਰੇ ਆਇਆ 9 ਲੱਖ ਰੁਪਈਆ ਠੀਕ ਹੈ ਜੀ ਉਹ ਉਹ ਬਹੁਤ ਜ਼ਿਆਦਾ ਆਏ ਮੈਂ ਉਹੀ ਇਹੀ ਸੋਚਦਾ ਤੀਜੀ ਵਾਰ ਇੱਕ ਕੀਤੀ ਸੇਵਾ ਇਹ ਜਮੈਟੋ ਵਾਲਿਆਂ ਦੀ ਨਹੀਂ ਇੱਕ ਪਹਿਲਾਂ ਹੋਰ ਕੀਤੀ ਦੋ ਜਮੈਟੋ ਵਾਲਿਆਂ ਦੀ ਕੀਤੀ ਅਤੇ ਉਦੋਂ ਪੈਸੇ ਕਹਿੰਦੇ 50 ਹੀ ਆਇਆ ਤੇ ਮੈਂ ਕਿਹਾ ਯਾਰ ਵੀਰੇ ਕਦੀ ਜ਼ਿੰਦਗੀ 'ਚ ਨਹੀਂ ਹੋ ਸਕਦਾ 50-60 ਹੀ ਆਵੇ ਹੈਂ ਸਵਾ ਕਹਿੰਦੇ ਬਾਬਾ ਉਹ 2-3 ਦਿਨ ਹੋ ਗਿਆ 1.25 ਲੱਖ ਕਹਿੰਦੇ ਬਣਿਆ ਮੈਂ ਕਿਹਾ ਬਹੁਤ ਹੈ ਵੀਰੇ 1.25 ਲੱਖ ਘੱਟ ਨਹੀਂ ਹੁੰਦਾ ਇੱਕ ਵੀਡੀਓ ਨਾਲ ਪਰ ਫਿਰ ਵੀ ਮੈਂ ਕਿਹਾ ਜਿਹੜੇ ਮੈਨੂੰ ਦੇਖਦੇ ਆ ਉਹ ਤਾਂ ਯਾਰ ਜਦੋਂ ਪਾਉਂਦੇ ਆ ਇੱਕਦਮ ਹੀ ਪਾਉਂਦੇ ਹੁੰਦੇ ਆ ਬਸ ਹੈ ਨਾ ਉਹ ਐਤਕੀ ਮੈਂ ਇਹ ਵਹਿਮ 'ਚ ਰਹਿ ਗਿਆ ਮੈਂ ਕਿਹਾ ਯਾਰ ਕਈ ਵਾਰ ਬੰਦਾ ਝੂਠ ਬੋਲ ਜਾਂਦਾ ਕਿ ਹਾਂ ਬਈ ਪੈਸੇ ਜ਼ਿਆਦਾ ਆਏ ਆ ਅਤੇ ਛੱਡ ਪਰਾਂ ਕਿਉਂਕਿ ਸਭ ਤੋਂ ਪਹਿਲਾਂ ਇੱਕ ਬੰਦੇ ਦੀ ਹੈਲਪ ਕੀਤੀ ਸੀ ਉਹਨਾਂ ਨੇ ਕੀ ਕੀਤਾ ਹੈਲਪ ਹੋ ਗਈ ਪੂਰੀ ਪੂਰਤੀ ਹੋ ਗਈ ਉਹਨਾਂ ਨੂੰ ਪਤਾ ਕੀ ਚਾਹੀਦਾ ਜਦੋਂ ਤੁਹਾਡਾ ਸਰ ਗਿਆ ਬਾਕੀ ਪੈਸੇ ਵਾਪਸ ਕਰ ਦਿਓ ਜਾਂ ਅਸੀਂ ਸੇਵਾ ਕਰ ਦਈਏ ਹੁਣ ਇਹੀ ਵਹਿਮ ਆ ਕਿ ਯਾਰ ਲੋਕੀ ਲੁਕਾਉਂਦੇ ਤਾਂ ਨਹੀਂ ਹੋਣਗੇ ਕਿਉਂਕਿ ਆਪਾਂ ਉਹਨਾਂ ਦੇ ਅਕਾਊਂਟ ਨੰਬਰ ਦੇ ਆਈਦੇ ਹੁੰਦੇ ਸੀਗੇ ਮੈਨੂੰ ਇਹ ਵਹਿਮ ਸੀਗਾ ਲੋਕੀ ਲੁਕਾਉਂਦੇ ਤਾਂ ਨਹੀਂ ਹੋਣਗੇ ਆਹ ਗੱਲਾਂ ਕਿ ਸਾਨੂੰ ਇੰਨੇ ਪੈਸੇ ਆਏ ਆ ਇਸ ਵਹਿਮ ਵਿੱਚ ਮੈਂ ਐਤਕੀ ਮੈਂ ਕਿਹਾ ਚਲੋ ਆਪਣਾ ਦਿੰਦੇ ਹਾਂ ਅਤੇ ਨਾਲੇ ਪਤਾ ਲੱਗ ਜੂਗਾ ਅਤੇ ਡਿਟੇਲ ਵੀ ਹੁਣ ਕਢਾ ਸਕਦੇ ਜਦੋਂ ਮਰਜ਼ੀ ਪਰ ਜਿੰਨੇ ਆਏ ਤੁਹਾਨੂੰ ਦੱਸਤਾ ਬਾਕੀ ਯਾਰ ਵੱਧ ਤੋਂ ਵੱਧ ਹੈਲਪ ਕਰਿਓ ਬੜੀਆਂ ਉਮੀਦਾਂ ਆ ਦੇਖੋ ਨਾ ਮੈਂ ਕੋਈ ਸੰਸਥਾ ਵਾਲਾ ਆ ਠੀਕ ਆ ਨਾ ਮੈਂ ਬਣਾਉਣੀ ਚਾਹੁੰਦਾ ਆ ਪਰ ਦੋ ਕੁ ਬੰਦੇ ਆ ਜਿਹਨਾਂ ਦਾ ਮੈਂ ਭਲਾ ਕਰਨਾ ਚਾਹੁੰਦਾ ਆ ਪਰ ਮੇਰੇ ਕੋਲ ਇਕੱਲੇ ਤੋਂ ਨਹੀਂ ਹੋਣਾ ਕਿਉਂਕਿ ਖਰਚੇ ਤੁਹਾਨੂੰ ਪਤਾ ਹਰੇਕ ਪਰਿਵਾਰ 'ਚ ਬਹੁਤ ਆ ਮੈਂ ਵੀ ਮੇਰੇ ਟੱਬਰ ਟੀਰ ਵਾਲਾ ਬੰਦਾ ਆ ਜਦੋਂ ਮੇਰੇ ਕੋਲ ਹੁੰਦੇ ਆ ਉਦੋਂ ਮੇਰੇ ਤੋਂ ਬਹੁਤ ਹੁੰਦੇ ਜਦੋਂ ਮੇਰੇ ਤੋਂ ਨਹੀਂ ਹੁੰਦੇ ਉਦੋਂ ਮੇਰੇ ਤੋਂ ਨਹੀਂ ਹੁੰਦੇ ਹੁਣ ਉਹ ਸਮਾਂ ਮੇਰੇ ਕੋਲ ਹੈ ਨਹੀਂ ਗੇ
ਸਮਝਦੇ ਆ ਮੈਂ ਉਹ ਬਲੌਗਰ ਝੂਠ ਬੋਲੂੰਗਾ ਜਿੰਨੇ ਲੋਕ ਇਹੀ ਘੱਟ ਕੀਤੀ ਜਿੱਦਾਂ ਹੁਣ ਲਾ ਲਓ 50 ਚੋਂ ਥੋੜਾ ਥੋੜਾ ਦਾ ਹੀ ਉਹ ਪੂਰਤੀ ਕਰਤੀ ਮੈਂ ਤੇ ਉਹ ਦਿਓਨੇ ਆ ਆਈ ਜਾਂਦੇ ਹਲੇ ਵੀ 100-50 ਕਰਕੇ ਆਈ ਜਾਂਦੇ ਆ ਜੇ 100 ਬੰਦਾ ਵੀ ਲਾ ਲਓ 100 ਭੇਜਿਆ ਹੋਇਆ 10,000 ਬਣਦਾ ਮੇਰੇ ਮੇਰੇ ਤਾਂ ਮੈਨੂੰ ਲੱਗਦਾ 200-300 ਬੰਦੇ ਨੇ 100-150 ਕਰਕੇ ਭੇਜਿਆ ਤੇ ਬਾਅਦ ਚ ਗੱਲਾਂ ਘੱਟ ਕਰੀ ਗੱਲ ਕਰ ਲੈਣਾ ਗੱਡੀ ਹੈ ਨੀ ਤੇਰੀ ਮੈਂ ਦੇਖ ਲਿਆ ਹਾਂ ਦੇ ਨੀ ਗੱਡੀ ਹਾਂ ਬੜੀ ਗੱਲ ਉਹ ਕਰਨਾ ਕਿ ਬਹੁਤ ਮਿਹਰਬਾਨੀ ਆ ਜਿਹਨਾਂ ਨੇ ਸੇਵਾ ਕੀਤੀ ਆ ਹਨਾ 2-4 ਬੰਦੇ ਆ ਜਿਹਨਾਂ ਨੇ ਕਿਸੇ ਨੇ 5 ਪਾਇਆ 3 ਪਾਇਆ ਹਨਾ ਏਦੂ ਉੱਪਰ ਮੈਨੂੰ ਨੀ ਲੱਗਦਾ ਕੁਛ ਆਇਆ ਤੇ ਕਿਉਂਕਿ ਕਈ ਵਾਰ ਜਦੋਂ ਪਹਿਲੋਂ ਸੀਗਾ ਉਹ ਕਈ ਵਾਰ ਬੰਦੇ ਇਕੱਠੇ ਹੋ ਕੇ ਨਹੀਂ ਪਾਉਂਦੇ ਚਲੋ ਮੈਂ ਪਾਉਣਾ ਉਹ ਐਤਕੀ ਨਹੀਂ ਹੋਇਆ ਮੇਰਾ ਭਰਾ ਵੱਧ ਤੋਂ ਵੱਧ ਹੈਲਪ ਕਰਿਓ ਸਾਰਾ ਕੁਛ ਦੇ ਦਿੰਦੇ ਹਾਂ ਆਪਣਾ ਦੂਜਾ QR ਕੋਡ ਤੇ ਸਕੈਨਰ ਠੀਕ ਹੈ ਜੀ ਪਲੀਜ਼ ਵੱਧ ਤੋਂ ਵੱਧ ਹੈਲਪ ਕਰਿਓ ਅਤੇ ਬਾਕੀ ਹੁਣ ਤੁਹਾਨੂੰ ਜਾ ਕੇ ਆਉਂਦੇ ਹਾਂ ਨਾਲੇ ਸਾਡੇ ਸੇਵਾ ਕਰ ਦਿੰਦੇ ਹਾਂ ਨਾਲੇ ਮਾੜਾ ਗੇੜੀ ਗੂੜੀ ਲਾ ਲੈਂਦੇ ਭੋਮੇ ਕੀ ਗੱਡੀ ਲੈਣ ਗਏ ਸੀ ਮੈਂ ਕਿਹਾ ਸੀ ਨਾ ਭੋਮੇ ਤੁਹਾਨੂੰ ਮਿਲ ਵੀ ਜਾਊ ਉਹੀ ਗੱਲ ਹੋਈ ਸੋਨੂੰ ਭਾਈ ਕਿੱਥੇ ਆ ਸੋਨੂੰ ਭਾਈ ਆਉਣੀ ਚੱਲ ਗਏ ਇਹਦਾ ਬਾਕੀ ਬੰਦੇ ਤਾਂ ਉਧਰ ਚਲ ਗਏ ਇਹਨੂੰ ਭਾਅ ਨੂੰ ਜ਼ਿਆਦਾ ਗਰਮੀ ਲੱਗਦੀ ਆ ਹੁਣ ਗੱਡੀ ਖਾਲੀ ਹੋਈ ਤਾਂ ਬਾਹਰ ਉਤਰ ਹੀ ਛੱਡ ਗਿਆ ਹੁਣ ਬੈਠਾ ਰਹੇ ਏਸੀ ਇੰਨਾ ਠੰਡਾ ਕਰਨ ਡਿਆ ਆ ਸਾਬੀ ਕੀ ਹੋਇਆ ਬਾਹਰ ਚਲ ਗਿਆ ਲੱਤ ਸਾਲਿਆ ਫੋਲੜੀ ਵਾਲ ਚ ਅੱਧਾ ਕਿਲੋਮੀਟਰ ਨੀ ਘੁੰਮੇ ਤੇਰੀ ਲੱਤ ਵਿੰਗੀ ਹੋ ਵੀ ਗਈ ਅੱਖਾਂ ਟੇਡੀਆਂ ਲੱਤ ਸਿੱਧੀ ਆ ਜੇ ਕੁਝ ਖਾਣਾ ਪੀਣਾ ਨਾ ਚਿਪਸ ਚੁਪਸ ਉਹ ਦੁਕਾਨ ਆ ਜੋ ਲੈਣਾ ਲੈ ਲਾ ਜਲਦੀ ਜਾ ਕੁਰਕਰੇ ਲੈ ਕੁਰਕਰੇ ਖਾਣੇ ਤੁਰਤਰੇ 5 ਰੁਪਏ ਦੇ ਤੁਰਤਰੇ ਗੱਡੀ ਆਪਾਂ ਖੜੀ ਕਰ ਦਿੰਦੇ ਦੂਜੀ ਲੈ ਚੱਲ ਨਹੀਂ ਇੰਦੇ ਯਾਰ ਬਹੁ ਆਪਾਂ ਨਹੀਂ ਬਿਹਾਉਣਾ ਇੰਨਾ ਪਿੱਛੇ 4 ਜਣੇ ਹੋਰ ਲੱਗੇ ਆ ਫਿਰ ਆਪਣੀ ਗੱਡੀ ਇੱਕ ਤਾਂ ਤੈਨੂੰ ਪਤਾ ਟਾਇਰ ਪਾਟਾ ਜਿਹੜੀ ਉਹ ਚ ਸਾਰੇ ਵਜ ਨੇ ਇੱਕ ਸ਼ਹਿਰ ਵੀ ਆ ਇੱਕ ਸਵਿਫਟ ਆਪਣੀ ਬਣੀ ਸਾਲਾ ਸਿੱਧਾ ਜਿਹਾ ਮਨੀ ਆ ਗਿਆ ਹੁਣ ਤਾਂ ਆਪਾਂ ਤਾਂ ਕਰ ਯਾਰ ਬਾਅਦ ਚ ਗੱਲ ਕਰ ਲੈਂਦੇ ਕਿੱਦਾਂ ਤੁਹਾਡੀ ਪਾ ਮੈਂ ਕਿਹਾ ਦੂਜਾ ਗੱਡੀ ਚਾਹੀਦੀ ਤੇਰੇ ਗੱਡੀ ਆ ਬਈ ਭਰਾ ਆ ਤੁਸੀਂ ਹਾਂ ਮੈਂ ਖੜੀ ਕਰ ਜਾਣਾ ਉਹ ਚ ਪਿੱਛੇ 4 ਬੰਦੇ ਬਹਿ ਜਾਂਦੇ ਉਹ ਚ ਵੀ ਉਹੀ ਕੰਮ ਹੋਣਾ ਬਹਿ ਕੇ ਦੇਖੋ ਯਾਰ ਮਾਤਾ ਜੀ ਕਿੱਦਾਂ ਹਾਲ ਚਾਲ ਤੁਸੀਂ ਰਾਜੀ ਹੋ ਠੀਕ ਹੈ ਮਾਤਾ ਜੀ ਕਿਵੇਂ ਹੋ ਜੂਗਾ ਹੋਰ ਮਾਤਾ ਸੇਵਾ ਕਰੀਏ ਅੰਦਰ ਕਰ ਲਾ ਮੈਨੂੰ ਚਾਬੀ ਹੈਗੀ ਦੇਖ ਸਕਦੀ ਜਾ ਯਾਰ ਕੀ ਕਰਦਾ ਮੈਂ ਤੂੰ ਉਹ ਉਡੀਕਣ ਡੇ 4 ਜਣੇ ਬਿਠਾਉਣ ਨੂੰ ਬਹਿ ਗਏ ਮੈਨੂੰ ਲੱਗਦਾ ਬਹਿ ਤਾਂ ਨਹੀਂ ਹੁਣ ਅੰਦਰ ਕਰ ਲਈ ਮੈਨੀ ਨਹੀਂ ਬਹਿ ਹੁਣ ਨਹੀਂ ਬਹਿ ਹੁਣ ਮੈਂ ਕਹਿੰਦਾ ਤੂੰ ਪਿੰਡ ਚੱਲ ਜਾ ਜਾ ਓਏ ਆ ਫੜੀ 2 ਮਿੰਟ ਆ ਇਕੱਲਾ ਫੜੀ ਠੰਡਾ ਠੰਡਾ ਠੰਡਾ
ਸਾਡਾ ਦਿਵੇਸ਼ਤੀ ਕਰਨ ਸਾਡਾ ਸਨੀ ਕਹਿੰਦਾ ਸਵਿਫਟ ਚ ਬਹਿੰਦੇ ਆ ਕੁਝ ਜਗ੍ਹਾ ਬੰਦ ਖੁੱਲੇ ਹੋ ਕੇ ਬਹਿ ਗਏ ਚਾਰ ਜਣੇ ਸੌਖੇ ਹੋਏ ਦੋ ਜਣੇ ਸ਼ਿਫਟ ਹੋ ਸਾਡੀ ਨਹੀਂ ਆਉਂਦੇ ਮੈਨੂੰ ਤਾਂ ਪਤਾ ਨੀ ਸੀ ਲੈ ਜਾਂਦੀ ਤੂੰ ਸਿੱਧਾ ਤੂੰ ਇੱਕੋ ਗੱਲ ਦੇ ਪਿੱਛੇ ਪਿਆ ਆਪਣੇ ਗੱਡੀ ਹੈਗੀ ਆਪਾਂ ਪਹੁੰਚ ਜਾਣਾ ਪਿੱਛੇ ਆ ਜਾਣਾ ਦੋ ਗੱਡੀਆਂ ਕਦੇ ਆਪਾਂ ਜੰਗ ਲੈਣ ਚੱਲੇ ਆ ਯਾਰ ਜੰਗ ਦੀ ਪਰ ਏਦਾਂ ਮੈਥੋਂ ਨਹੀਂ ਪਿਆ ਹੁੰਦਾ ਇਹਦੇ ਤੂੰ ਕੀ ਤੂੰ ਘਰੇ ਜਾਣ ਨੂੰ ਕਹਿੰਦਾ ਫਿਰ ਮੁੜਾ ਸੇਵਾ ਕਰਨੀ ਨਹੀਂ ਬਾਲ ਲੈਣੀ ਬੈਗ ਆਪ ਹੀ ਭਰੇ ਹੋਣਾ ਅਗਲੇ ਨੂੰ ਪੈਸੇ ਦੇਣੇ ਬਹਿ ਜਾ ਚੁੱਪ ਕਰ ਤੂੰ ਗੱਡੀ ਕੋ ਜਾਣਾ ਇੰਨਾ ਦੱਸ ਮੈਂ ਬੈਗ ਤਾਂ ਲੈ ਕੇ ਤੂੰ ਸਮਝਦਾ ਕਿਉਂ ਨੀ ਅੱਛਾ ਪਿੱਛੇ ਗੱਡੀ ਲਾਉਣੀ ਆ ਤੂੰ ਚੱਲ ਫਿਰ ਤੂੰ ਲਾਈ ਮੈਂ ਕੋਈ ਨੀ ਏਡੀ ਗੱਲ ਤੂੰ ਸਾਲਾ ਜਿਆਦੀ ਗਰਮੀ ਮੰਨਦਾ ਤੇ ਜੇ ਤੈਨੂੰ ਵਹਿਮ ਆ ਪ੍ਰਿੰਸ ਭਾਰਾ ਆ ਮੂਹਰੇ ਬਿਠਾਇਆ ਆ ਕਿ ਇਹਨੂੰ ਉਠਾ ਕੇ ਮੈਂ ਕੋਈ ਭੂਮੇ ਨਹੀਂ ਤੂੰ ਰਿਲੈਕਸ ਹੋ ਕੇ ਬੈਠ ਉਹ ਸਾਲਿਆ ਨਹੀਂ ਵੇ ਕਹਿ ਸਕਦਾ ਤੁਹਾਡੇ ਕੋਲ ਮਿੱਤਰੋ ਗੱਡੀ ਤੋਂ ਕਾਲੀਆਂ ਜਾਲੀਆਂ ਜਿਹੇ ਲਾਤੀਆਂ ਚਿੱਟੇ ਸ਼ੀਸ਼ੇ ਕਰਤੇ ਉਹਦੇ ਚਲੋ ਹੁਣ ਆਪਾਂ ਚੱਲਦੇ ਹਾਂ ਮਿੱਤਰੋ ਸ਼ਹਿਰ ਨੂੰ ਗੁਰੂ ਘਰ ਦੇ ਦਰਸ਼ਨ ਇਸ ਵਲੋਗ ਚ ਕਰਾ ਹਟਿਆ ਫੇਰ ਵੀ ਤੁਹਾਨੂੰ ਕਹਿਣਾ ਪਰਮਾਤਮਾ ਤੁਹਾਨੂੰ ਤੇ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਏ ਰੱਖੇ ਤੇ ਹੁਣ ਕੀ ਆ ਪਾਣੀ ਪਿਲਾਉਣ ਡੇ ਮੱਝ ਨੂੰ ਜਾਂ ਕੀ ਆ ਝੋਟਾ ਇਹ ਲੱਗਦਾ ਝੋਟਾ ਆ ਮੱਝ ਆ ਕੱਟੀ ਆ ਆਹੋ ਵੀ ਮੱਝ ਕੱਟੀ ਵੀ ਆ ਦੇ ਦਾ ਕੱਟੀ ਵੱਡੀ ਹੋ ਕੇ ਬਣੂਗੀ ਨਾ ਹੱਲੇ ਕੱਟੀ ਖੇ ਲਾ ਕੱਟੀ ਹਾਂ ਇਦਾਂ ਹੀ ਹੁੰਦਾ ਕੁਛ ਬੱਚੇ ਹੋਗੇ ਬਾਬੇ ਔਖੇ ਤਵੇ ਬੈਠੇ ਆ ਤੇ ਸਭ ਹੀ ਯਾਰ ਔਖਾ ਹੀ ਹੋ ਜਾਂਦਾ ਨਹੀਂ ਭਾਈ ਸਾਰੇ ਮੁੰਡਿਆਂ ਨਾਲ ਔਖਾ ਬੋਲਦਾ ਸਭ ਨਹੀਂ ਵੱਡੇ ਬਈ ਮੈਂ ਕਿਹਾ ਉਹ ਕਹਿੰਦੇ ਲੱਤ ਤੇ ਲੱਤ ਰੱਖ ਲਾ ਮੈਂ ਕਿਹਾ ਰੱਖੀ ਤਾਂ ਹੋਈ ਵੇ ਕਿੱਧਰ ਰੱਖੀ ਉਹ ਬੜੇ ਪਿਆਰ ਨਾਲ ਜੇ ਨਹੀਂ ਵਧੀਆ ਲੱਗਦਾ ਬੈਠਣਾ ਫਿਰ ਆ ਦੇਖਿਓ ਭਾਜੀ ਇੱਧਰ ਦੇਖੋ ਘੂਮਾ ਪੈਟ ਲਾ ਹੋਈ ਮਿੱਤਰ ਆਪਾਂ ਹੁਣ ਜਾਣਾ ਆ ਤੁਹਾਨੂੰ ਦੱਸਿਆ ਹੀ ਹੈ ਹਨੇਰਾ ਵਾਹਵਾ ਹੋ ਗਿਆ ਗੱਡੀ ਦੀਆਂ ਲਾਈਟਾਂ ਚਾਹੀਦੀਆਂ ਇੱਥੋਂ ਚੱਲ ਯਾਰ ਕਈ ਲੋਕਾਂ ਦੀ ਇਹ ਪ੍ਰੋਬਲਮ ਬਹੁਤ ਆ ਹਾਈ ਬੀਮ ਤੇ ਗੱਡੀਆਂ ਚਲਾਉਂਦੇ ਹਾਈ ਬੀਮ ਤੇ ਮਾੜਾ ਜੇ ਡਾਊਨ ਕਰ ਲਓ ਤਾਂ ਵੀ ਗੁੱਸੇ ਚ ਕਰਦੇ ਨੀ ਮੈਨੂੰ ਖਰੇ ਫਿਰ ਕਹਿਣਾ ਉਹਨਾਂ ਨੂੰ ਲੱਗਦਾ ਖਰੇ ਅੱਖ ਉੱਕ ਮਾਰੀ ਆ ਉਹ ਛੋਟੇ ਵੀਰੇ ਇਹਨਾਂ ਨੂੰ ਦੱਸੋ ਕਿ ਛੋਟੇ ਭਾ ਜੇ ਕੋਈ ਡਿੱਪਰ ਮਾਰੇ ਉਹਦਾ ਮਤਲਬ ਇਹ ਆ ਕਿ ਤੇਰੀ ਆ ਵੀਡੀਓ ਮੇਰੀਆਂ ਅੱਖਾਂ ਖਰਾਬ ਕਰਨ ਡਈ ਆ ਤੁਸੀਂ ਹੋਰ ਤਾਹਨੂੰ ਚੱਕਣ ਦੀ ਕੋਸ਼ਿਸ਼ ਕਰਦੇ ਆ ਗੱਡੀ ਦੇ ਉੱਤੇ ਭਾਰੋ ਚੱਕ ਦੋ ਨਹੀਂ ਯਾਰ ਛੋਟੇ ਸਾਰੇ ਭਰਾਵਾਂ ਨੂੰ ਬੇਨਤੀ ਆ ਹਾਈ ਬੀਮ ਤੇ ਗੱਡੀ ਨਾ ਚਲਾਇਆ ਕਰੋ ਜਦੋਂ ਤੱਕ ਬਾਹਲੀ ਲੋਡ ਨੀ ਗੀ ਲੋ ਤੇ ਰੱਖ ਲਿਆ ਕਰੋ ਬੱਲੇ ਤੂੰ ਨੀ ਜਾਣਾ ਘੁੰਮਣ ਕੀ ਹੋ ਗਿਆ ਭਾਵੇਂ ਯਾਰ ਭੂਮੇ
ਉਹਨੂੰ ਤੂੰ ਮਰਿਆ ਨਾਲ ਕੰਪੇਅਰ ਕਰਦਾ ਆ ਕਿਹੜੀ ਯਾਰ ਇਸ ਟਾਈਮ ਤੇ ਮੇਰਾ ਭਰਾ ਮੈਂ ਕਾਹਦੇ ਤਾਂ ਕਹਿੰਦੇ ਆ ਕਾਹਦੇ ਹੱਥ ਦੇਤਾ ਦੀ ਮਰਿਆ ਤੋਂ ਭੇੜੀ ਆ ਸੜਕ ਦੇ ਵਿੱਚ ਆ ਦੇਖ ਕਿੰਨੀ ਸੜਕ ਚੱਲਦੀ ਆ ਇਧਰਲੀ ਸਾਈਡ ਤੋਂ ਕਿੱਥੇ ਬਹਿਣਾ ਹੈ ਇਹ ਕੌਣ ਦੇ ਵਿੱਚ ਦਰਵਾਜ਼ਾ ਵੀ ਨਾ ਖੋਲੇ ਬੰਦਾ ਲੈ ਹੁਣ ਦੱਸ ਮੈਨੂੰ ਕੀ ਕਬ ਦਰਵਾਜ਼ਾ ਕਿਹੜੀ ਸਾਈਡ ਤੋਂ ਖੋਲਣਾ ਤੂੰ ਅਸੀਂ ਵੀ ਤਾਂ ਇੱਧਰ ਹੀ ਚੱਲਦੇ ਆ ਖੋਲਣਾ ਹੁੰਦਾ ਸੜਕ ਚੱਲਦੀ ਤੇ ਕੋਈ ਮਾਰੂਗਾ ਚੱਲਦੀ ਆ ਪੁੱਤਰ ਉਹ ਖੜਾ ਹੋਣਾ ਵੀਰਾ ਤੇ ਆ ਆ ਬੰਦਾ ਕੰਦੇ ਫਲੈਡੀ ਨਾਲ ਆਹ 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 ਬਈ ਮੁੰਮੇ ਹੁਣੀ ਫੋਨ ਤੇ ਲੱਗੇ ਉਸਤਾਦ ਜੀ ਹੁਣੀ ਪਤਾ ਨੀ ਕਿਹਨਾਂ ਦੇ ਉਸਤਾਦ ਜੀ ਤੇ ਬੰਟੀ ਭਾ ਕਿੱਦਾਂ ਹਾਲ ਆ ਭਾਜੀ ਦੀ ਡਾਟਰ ਹੈ ਬਹੁਤ ਨਿੱਕੀ ਜੀ ਹੌਸਪੀਟਲ 'ਚ ਮੰਮਾ ਸੀਗੀ ਇਹ ਬੜਾ ਟੈਨਸ਼ਨ ਲੈਂਦੀ ਹੈ ਨਾ ਹਾਂਜੀ ਮੈਂ ਕਿਹਾ ਤੂੰ ਮੈਂ ਇਹ ਪੁੱਛਣਾ ਹੌਸਪੀਟਲ ਤੋਂ ਛੁੱਟੀ ਕਾਹਦੀ ਲਈ ਕਰ ਫਿਰ ਅੱਜ ਨਾ ਮੇਰੀ ਵਾਈਫ ਦੇ ਬ੍ਰਦਰ ਦੀ ਡੈਥ ਹੋ ਗਈ ਅੱਛਾ ਜੀ ਸੰਸਕਾਰ ਸੀਗਾ ਤਾਂ ਕਰਕੇ ਫਿਰ ਛੁੱਟੀ ਨਹੀਂ ਦੱਸਿਆ ਉਹਨਾਂ ਨੂੰ ਭਾਬੀ ਨੂੰ ਪਤਾ ਦੱਸਿਆ ਨਹੀਂ ਕੋਈ ਸਾਰੇ ਹੱਲੇ ਤੱਕ ਵੀ ਨਹੀਂ ਦੱਸਿਆ ਨਹੀਂ ਉਹਨਾਂ ਨੂੰ ਦੱਸਿਆ ਨਹੀਂ ਹਾਲੇ ਸੰਸਕਾਰ ਵੀ ਹੋ ਗਿਆ ਹਾਂਜੀ ਤਾਂ ਮੈਨੂੰ ਦੱਸ ਐਕਚੁਅਲੀ ਠੀਕ ਨਹੀਂ ਤਾਂ ਕਰਕੇ ਡਾਕਟਰ ਨੇ ਮਨਾ ਕੀਤਾ ਸੀ ਵੀ ਕੋਈ ਹਾਲਤ ਖਰਾਬ ਹੋ ਗਈ ਤਾਂ ਫਿਰ ਔਖਾ ਹੋ ਜਾਣਾ ਠੀਕ ਹੈ ਤਾਂ ਕਰਕੇ ਤੇ ਹੁਣ ਐਡਮਿਟ ਕਿਦਨ ਕਰਨਗੇ ਐਡਮਿਟ ਸ਼ੁੱਕਰਵਾਰ ਕਹਿੰਦੇ ਸ਼ੁੱਕਰ ਫਿਰ ਦੁਬਾਰਾ ਹਾਂਜੀ ਦੁਬਾਰਾ ਜਾਣਾ ਯਾਰ ਇਹ ਕੰਮ ਵੀ ਔਖਾ ਹੈ ਜਨਤਾ ਨੇ ਉਹਦੀ ਹੈਲਪ ਭੇਜੀ ਆ ਆ 50,000 ਫੜ ਲਓ ਮਿਹਰਬਾਨੀ ਖੁਸ਼ ਆ ਟੈਨਸ਼ਨ ਨਹੀਂ ਲੈਣੀ ਹੋਰ ਜਿੰਨੇ ਪਾਉਣਗੇ ਫੜਾ ਕੇ ਜਾਊਂਗਾ ਬੈ ਪਾ ਦੇਣ ਵਧੀਆ ਵਧੀਆ ਠੀਕ ਹੈ ਜੀ ਧੰਨਵਾਦ ਭਾਜੀ ਹਲੇ 50 ਫੜ ਤੇਰਾ ਟਾਈਮ ਸਰਦਾ ਹੋ ਜੂ ਠੀਕ ਹੈ ਜੀ ਹੁਣ ਤੁਸੀਂ ਦੱਸ ਹੈਗੀ ਭਾਜੀ ਹਾਂ ਲੋਡ ਹਲੇ ਹੈਗੀ ਤੁਹਾਨੂੰ ਪਤਾ ਹਸਪੀਟਲ ਦੇ ਪੈਸੇ ਲੱਗਦੇ ਹੈਗੇ ਆ ਰੋਜ਼ ਤਾਂ 15-20,000 ਰੁਪਏ ਸ਼ੁਰੂ ਕਰ ਦਿੱਤਾ ਉਹਨਾਂ ਨੇ ਜਿੰਨੇ ਹੁਣ ਟੈਸਟ ਕਹਿੰਦੇ ਸਕੈਨ ਕਹਿੰਦੇ ਕਦੀ ਕੁਛ ਨਾ ਕੁਛ ਕਹਿੰਦੇ ਹੁਣ ਸਟੰਟ ਪਾਇਆ ਸੀਗਾ ਪੈਸਾ ਚਲੋ ਠੀਕ ਹੈ ਦੁੱਖ ਤਾਂ ਵਾਹਿਗੁਰੂ ਨੂੰ ਦਿੱਤੇ ਆ ਕਹਿੰਦੇ ਹੁੰਦੇ ਗਰੀਬੀ ਜਿਹਨੂੰ ਗਰੀਬੀ ਆ ਉਹਨੂੰ ਕਦੀ ਬਿਮਾਰੀ ਨਾ ਆਵੇ ਜਿੱਦਾਂ ਮਨੀ ਕਹਿੰਦਾ ਸੀ ਪਰ ਗੱਲ ਇਹ ਬਿਮਾਰੀ ਤਾਂ ਅਮੀਰ ਗਰੀਬ ਦੇਖਦੀ ਨੀ ਹਰੇਕ ਨੂੰ ਰਗੜ ਦਿੰਦੀ ਆ ਪਰ ਉਹੀ ਗੱਲ ਹੈ ਤੇਰਾ ਪੂਰਾ ਸਾਥ ਦੇਵਾਂਗੇ ਠੀਕ ਹੈ ਭਾਈ ਤੇ ਤੂੰ ਟੈਨਸ਼ਨ ਨਹੀਂ ਲੈਣੀ ਮੜਾ ਹੱਸ ਲਿਆ ਕਰ ਕਦੇ ਕਿਤੇ ਇਹ 2 ਸਾਲ ਦਾ ਬਿਮਾਰ ਆ ਜਿਹਨੇ ਵੀਡੀਓ ਮੇਰੀ ਪਹਿਲਾਂ ਨਹੀਂ ਦੇਖੀ ਪਿਛਲੀ ਤੇ ਉਹਨੂੰ ਮੈਂ ਕਹਿਣਾ ਚਾਹੁੰਦਾ ਭਰਾ ਦੀ ਵਾਈਫ ਐਡਮਿਟ ਸੀ SGL ਤੇ ਬਹੁਤ ਮੰਦੀ ਹਾਲ ਆ ਸ਼ੂਗਰ ਵਧੀ ਤੇ ਸ਼ੂਗਰ ਤੋਂ ਬਾਅਦ ਕਿਡਨੀਆਂ ਖਰਾਬ ਡਾਇਲਸਿਸ ਪਹਿਲਾਂ ਰੋਜ਼ ਕਰਦੇ ਸੀਗੇ ਤੇ ਹੁਣ ਕੱਲ੍ਹ ਇਹ ਛੁੱਟੀ ਲੈ ਕੇ ਤਾਂ ਆ ਗਏ ਖਰੇ ਅੱਜ ਕਿ ਇਹਦਾ ਭਰਾ ਸਾਲਾ ਮੁੱਕ ਗਿਆ ਉਹ ਮੁੱਕਿਆ ਕਿੱਦਾਂ ਪਹਿਲਾਂ ਇਹਦਾ ਮੁੰਡਿਆਂ ਨਾਲ ਸੀਗੀ ਕੋਈ ਗੱਲਬਾਤ ਉਹਨਾਂ ਨੇ ਨਹਿਰ 'ਚ ਸੁੱਟਤਾ ਮਾਰ ਕੇ ਹਾਂਜੀ ਉੱਥੇ ਨਾ ਆਪਣੇ ਸਰਹੰਦ ਵਾਲੀ ਨਹਿਰ 'ਚ ਸਾਡੇ ਮੁੰਡੇ ਫੜੇ ਗਏ ਅਤੇ ਹੁਣ ਰਿਪੋਰਟ ਕੀਤੀ ਆ ਹਜੇ ਨਹੀਂ ਕੁਛ ਯਾਰ ਹੱਦ ਹੋ ਗਈ ਮਾਰਨਾ ਦੇਖ ਲਾ ਹੈ ਖੇਡੀ ਸਮਝੀ ਹੋਈ ਆ ਉਹਦੇ ਵੀ ਬੇਟੀ ਇੱਕ ਬੇਟਾ ਹੈਗਾ ਵਾ ਓਹੋ ਬੇਟਾ ਹੈਗਾ 18 ਸਾਲ ਦਾ ਅਤੇ ਬੇਟੀ ਹੈਗੀ ਆ 12-13 ਸਾਲ ਦੀ ਨਿਆਣੇ ਯਾਰ ਰੁਲ ਜਾਂਦੇ ਹਾਂ ਇੱਦਾਂ ਕਰ ਮੇਰਾ ਭਰਾ ਤੂੰ ਹੁਣ ਜਾ ਨਿਆਣੇ ਲੈ ਕੇ ਤੇ ਬੇਫਿਕਰ ਰਹਿ ਭਾਬੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਕਹਿ ਦੇ ਤੇ ਬਾਕੀ ਹੋ ਜਾਣ ਇਕੱਠੇ ਫੇਰ ਆਉਣਾ ਮੈਂ ਮਿਹਰਬਾਨੀ ਧੰਨਵਾਦ ਸਾਰਾ ਦਾ ਜਿਨ੍ਹਾਂ ਨੇ ਭੇਜੀ ਹਾਂ ਇਹ ਕਰ ਮੇਰਾ ਜਿਨ੍ਹਾਂ ਨੇ ਭੇਜੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਯਾਰ ਲੋਕੀ ਇੰਨੇ ਚੰਗੇ ਕੋਈ 8-8 ਰੁਪਏ ਵੀ ਭੇਜੇ ਆ ਪਰ 10-10 ਰੁਪਏ ਇਹ ਜੋੜ ਜੋੜ ਕੇ ਇੰਨੇ ਬਣੇ ਆ ਲੋਕੀ ਬੜੇ ਤੈਨੂੰ ਪਤਾ ਪਿਆਰ ਕਰਦੇ ਆ ਥੈਂਕ ਯੂ ਯਾਰ ਤੇਰਾ ਤੈਨੂੰ ਤਾਂਹੀਓ ਕਹਿੰਦਾ ਹੁਣ ਤੂੰ ਘਰੇ ਜਾ ਕੋਈ ਰੌਲਾ ਰੱਪਾ ਹੋਇਆ ਜਾਂ ਕੋਈ ਜ਼ਿਆਦਾ ਲੋੜ ਹੋਈ ਦੱਸ ਦੇ ਆ ਕੋਈ ਨਾ ਮੇਰਾ ਭਰਾ ਜਾ ਮੇਰਾ ਤੂੰ ਐਵੇਂ ਡਰ ਕੇ ਬਹੁਤ ਗੱਲ ਕਰਦਾ ਇੱਕ ਤਾਂ ਹਾਂਜੀ ਭਾਜੀ ਠੀਕ ਹੈ ਭਾਜੀ ਯੈਸ ਸਰ ਚੰਗਾ ਜਾਨ ਲਵ ਯੂ ਮੇਰਾ ਬੜਾ ਖੁਸ਼ ਹੋ ਜਾ ਖੁਸ਼ ਤਾਂ ਹੋ ਜਾ
ਸਾਰੇ ਜਣੇ ਭਰਾ ਦੀ ਹੈਲਪ ਕਰਿਓ, ਸਕੈਨਰ ਸਕੂਨਰ ਮੈਂ ਪਾ ਦੂੰਗਾ ਆਪਣਾ, ਤੇ ਦੂਜਾ ਵੀ ਕੀ ਕਹਿੰਦੇ ਹੁੰਦੇ ਆ ਅਕਾਊਂਟ ਨੰਬਰ, ਕਈ ਕਹਿੰਦੇ ਭਾਜੀ ਅਕਾਊਂਟ ਨੰਬਰ ਤੁਸੀਂ ਪਾਇਆ ਨੀ, ਤੇ ਅਕਾਊਂਟ ਨੰਬਰ ਪਾਇਆ ਆ ਪਿਛਲੀ ਵੀਡੀਓ ਚੈੱਕ ਕਰ ਲਓ, ਇੱਥੇ ਵੀ ਪਾ ਦਿੰਦਾ। ਲਓ ਜੀ ਵੀਰਾ, ਇੰਨਾ ਕੁ ਤਾਂ ਮਾੜਾ ਹਲਕਾ ਹੋ ਗਿਆ ਉਹਦਾ ਭਾਰ, ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਲੜੋ ਨਾ ਯਾਰ, ਤਾਂ ਇਹ ਬੇਨਤੀ ਨੀ, ਬੇਨਤੀ ਮੈਂ ਹੋਰ ਕਰਨੀ ਸੀ, ਸਾਰੇ ਵੀਰਾਂ ਨੂੰ ਗੱਡੀ ਅੱਛਾ ਮੇਰੀ ਜਿਹੜੀ ਗੱਲ ਕਰ ਲਵਾਂ। ਸਾਬੀ ਪਤਾ ਨੀ ਬਾਰ ਬਾਰ ਕਿੱਥੋਂ ਆ ਜਾਂਦਾ, ਸਾਬੀ ਨੇ ਮੈਨੂੰ ਕਿਹਾ ਸੀ ਓਦਾਂ ਦੀ ਗੱਲ ਦਿੱਤੀ, ਉਹ ਛੱਡ ਯਾਰ ਵਾਹਿਗੁਰੂ ਨਾ ਕਹਿ ਰਹੇ ਮੈਂ ਲੈ ਦੋ ਪਈਆਂ ਦੋ ਗੱਡੀ ਵਿੱਚ ਬਹੁਤ ਇਧਰ ਮੇਰੇ ਸੱਜੇ ਖੱਬੇ ਬੈਠੇ ਆ, ਨਿਗਾ ਮੈਨੂੰ ਨਿਗਾ ਲੱਗ ਗਈ ਨਾ। ਇੱਕ ਗੱਲ ਆ, ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ, ਦੇਖ ਲੋ ਜਿਹੜਾ ਜੇ ਫੀਮ ਖਲਾਈ ਆ ਕਿਸੇ ਨੂੰ ਨਾ ਯਾਰ ਦੋਸਤ ਨੂੰ, ਤੇ ਉਹ ਸਾਰੇ ਗੂੰਗੇ ਹੋਏ ਪਏ ਆ, ਸਭ ਤੋਂ ਜ਼ਿਆਦਾ ਫੀਮ ਖੜਾਈ ਇਹਦੇ ਕੰਮ ਆਉਂਦੀ ਆ, ਭੈਣ ਚੋ ਬੋਲਣਾ ਨਹੀਂ ਹਟਦਾ। ਚਲੋ ਠੀਕ ਆ, ਮੈਂ ਆਹੀ ਵਲੌਗ ਤਾਂ ਬਣਾ ਲਈ, ਤਾਂ ਬਾਕੀ ਤਾਂ ਗੂੰਗੇ ਹੋ ਕੇ ਬੈਠੇ ਆ, ਆ ਇੱਕ ਆ ਦੂਜਾ ਕਿੱਧਰ ਗਿਆ ਸਾਬੀ, ਇਹ ਫੀਮ ਨੂੰ ਤਾਂ ਨਿੱਕਾ ਨਿੱਕਾ ਰੁਕ ਜਾ, ਬੀਮ ਨੂੰ ਤਾਂ ਇਹ ਨਿੱਕਾ ਜਿਹਾ ਸਮਾਨ ਸਮਝਦਾ, ਨਹੀਂ ਮਾਲ ਲੱਗਾ ਉਹਦਾ ਸਾਲ ਆਪਣੇ ਵਰਗਿਆਂ ਨੂੰ ਬੰਦਾ ਕਹਿ ਸਕਦਾ ਕਿ ਤੂੰ ਮੈਂ ਗੱਲਾਂ ਕਰਨ ਦੇ, ਮੈਂ ਖਾਧੀ ਫੀਮ, ਹੁਣ ਇੱਕ ਦੀਆਂ ਅੱਖਾਂ ਏਦਾਂ ਐਨਕਾਂ ਲਾ ਕੇ ਵੀ ਆਇਆ ਕਿੱਦਾਂ ਆਇਆ ਏਦਾਂ ਲੱਗਦਾ ਜਿੱਦਾਂ ਉਹਦਾ ਨਾਂ ਕੀ ਆ ਨਾ, ਨਹੀਂ
ਦੜਕਾ ਪੀ ਗਿਆ ਉਹਦਾ ਨਾਂ ਕੀ ਸੈਡ ਦੀ ਲੱਸੀ ਹੈ ਇਹ ਲੱਸੀ ਮਨੀ ਨਾ ਚੱਟ ਲਵੇ ਮੇਰੀ ਗੱਲ ਸੁਣ ਲੈ ਸਾਬੀ ਹੈ ਦੇਖ ਜਦੋਂ ਦੋਨਾਂ ਪਾਸੋਂ ਐ ਜਾਣੀ ਤਾਂ ਫੇਰ ਦੇਖ ਮੈਂ ਐਨਕ ਲਾ ਲੈਣੀ ਆ ਫੇਰ ਤੂੰ ਮੈਨੂੰ ਕਹਿਣਾ ਤੂੰ ਕਹਿ ਤੂੰ ਭੁੰਮਾ ਪਾ ਤੂੰ ਸੋਹਣਾ ਲੱਗੀ ਜਾਂਦਾ ਐਂਡ ਚ ਤਾਂ ਮੈਂ ਜਿਹੜੀ ਕੀਤੀ ਨਾ ਉਹ ਸਾਰਿਆਂ ਨੂੰ ਪਤਾ ਲੱਗੀ ਸਾਰਿਆਂ ਨੂੰ ਪਤਾ ਲੱਗੀ ਐਂਡ ਚ ਤਾਂ ਗੱਲ ਸੁਣੋ ਮਨੀ ਖਾਦਾ ਤੂੰ ਵੀ ਸੀ ਬਾਲ ਥੋੜਾ ਇਹ ਵੀ ਭਾਜੀ ਉਹਨਾਂ ਨੇ ਤੇ ਅਫਗਾਨ ਤੋਂ ਮੰਗਾਉਂਦੇ ਆ ਸਾਨੂੰ ਸਾਰੀ ਇੱਥੇ ਚੱਜਦੀ ਨੀ ਮਿਲਦੀ ਅਫਗਾਨ ਨੂੰ ਸਾਬੀ ਕੀ ਹੈ ਨਾ ਬੋਲਿਆ ਸਾਬੀ ਕੁਛ ਬੋਲਣ ਲੱਗਾ ਇਹਨਾਂ ਸਿੱਧੀ ਗੱਲ ਇਹ ਗੱਲ ਦੱਸ ਪਾਪਾ ਸੈਂਟਰ ਚੁਕਾਉਣਾ ਅੱਜ ਹਾਂਜੀ ਹਾਂਜੀ ਭਾਈ ਉਹ ਸਭ ਵੀ ਦੂਰ ਆ ਜੀ ਚੱਲ ਠੀਕ ਕਰ ਫੋਨ ਇੱਕ ਮਿੰਟ ਰੋਕੋ ਕੈਮਰਾ ਓਨ ਹੀ ਰੱਖੀ ਆ ਲੱਗ ਗਿਆ ਇੱਥੇ ਕਰਾ ਦੋ ਕੇ ਜੀ ਓਏ ਰੁਕ ਤੂੰ ਯਾਰ ਆਪਾਂ ਦੁਪਹਿਰੇ ਕਿੱਡੀ ਗੱਲ ਉਹ ਚੁੱਪ ਕਰ ਮੈਂ 27 ਤਰੀਕ ਤੋਂ ਭਾਈ ਇਹ ਹੁਣ ਤੇ ਹੁਣੇ ਤੁਸੀਂ ਗਿਆ ਓਏ ਆਪਣੀ ਗੱਲ ਤੇ ਆਪਾਂ ਇੱਕ ਮਿੰਟ ਯਾਰ ਇੱਕ ਮਿੰਟ ਮੇਰੀ ਗੱਲ ਓਏ ਇੱਕ ਮਿੰਟ ਵੀ ਨਹੀਂ ਮੁੱਕੜਿਆ ਉਹ ਲੈ ਜਾਣਾ ਰੋਲੀ ਨਾ ਪਾਓ ਪਲੇ ਚੁੱਪ ਕਰੋ ਇੱਕ ਮਿੰਟ ਭਾਜੀ ਭਾਈ ਇਹ ਲੌਕ ਲਾ ਲੈ ਦਿੰਦੇ ਜਿੱਦਾਂ ਨਿਕਲ ਤੂੰ ਸਾਲਿਆ ਮਰੀਸ਼ ਪੁਰੀ ਨੂੰ ਵੋਇਸ ਦਿੰਦਾ ਮੁੰਡੇ ਨੂੰ ਗਲਤ ਬੋਲ ਦਿੰਦੇ ਆ ਯਾਰ ਉਹਨੂੰ ਪੁੱਛਣ ਦੋ ਭਾਜੀ ਭਾਜੀ ਤੁਸੀਂ ਪੁੱਛੋ 27 ਤਰੀਕ ਮੈਂ ਭਾਜੀ ਨੂੰ ਕਹੀ ਤੈਨੂੰ ਛੱਡਦੇ ਆ ਖਰਚਾ ਕੋਈ ਨੀ ਤੇਰਾ ਆਪੇ ਦੇਖ ਲਾਂਗੇ ਭਰਾ ਦੇ ਚੱਲ ਫੇਰ ਘਰੇ ਫੋਨ ਕਰ ਭਾਬੀ ਨੂੰ ਕਹਿ ਸਾਈਨ ਕਰ ਦੀ ਬਾਅਦ ਚ ਹੈਲੋ ਸਤਿ ਸ੍ਰੀ ਅਕਾਲ ਭਾਜੀ ਮੈਂ ਕਿਹਾ ਫੋਨ ਗਾਲ ਗੂਲ ਨਾ ਕੱਢਿਓ ਬਲੌਗ ਬਣਦਾ ਮੈਂ ਕਿਹਾ ਗਾਲ ਗੂਲ ਨਾ ਕੱਢਿਓ ਬਲੌਗ ਬਣਦਾ ਮਾੜੀ ਜੀ ਗੱਲ ਸੁਣਿਓ
ਉਹ ਭਾਜੀ ਉਹ ਜਿਹੜੀ ਤੁਸੀਂ ਕਹਿੰਦੇ ਨਹੀਂ ਸੀ ਵੀ ਬੰਦਾ ਆਪਾਂ ਸੇਵਾ ਜੇ ਕਰਨੀ ਹੋਈ ਤਾਂ ਦੱਸ ਦਿਓ ਯਾਰ। ਆ ਮੁੰਡਾ ਆਪਣਾ ਇੱਕ ਖਾਸ ਹੀ ਆ ਭਰਾ, ਜ਼ਿਆਦਾ ਤੰਗ ਆ ਇੱਥੇ, ਇਲਾਜ ਲੂਜ ਕਰਾ ਲਿਆ, ਬਣਦੀ ਨੀ ਗੱਲ। ਬਸ ਆਹੀ ਭਾਜੀ ਇਲਾਂ ਉਲਾਂ ਹੋਰ ਸਰਕਾਂ ਸੁਰਕਾਂ ਬਹੁਤ ਕੁਛ ਖਾਂਦਾ। ਆ ਭਾਜੀ ਤੁਸੀਂ ਇਹਨੂੰ ਕਹਿ ਮੜ ਦੱਸ ਦਿਓ। ਹਾਂਜੀ ਵੀਰੇ ਮੜਾ ਕੇ ਦੱਸਿਓ ਕਿੰਨੇ ਟਾਈਮ ਤੇ ਆਉਣਾ ਭਾਜੀ? ਹੁਣੇ ਲੈ ਚੱਲ। ਹੈਲੋ ਆਪਣਾ ਨਾ ਮੁੰਡਾ ਆ, ਓਹਨੂੰ ਮੈਂ ਬਹੁਤ ਤੰਗ ਕਰਦਾ, ਮਤਲਬ ਹੁਣ ਵੀ ਇਸ ਵੇਲੇ ਵੀ ਤੰਗ ਕਰਨ ਡਿਆ ਆ, ਤੇ ਓਹਨੂੰ ਮੈਂ ਕਹਿੰਦਾ ਸੀ ਸੈਂਟਰ ਤੇ ਨੂੰ ਚੁਕਾ ਦਿੰਦਾ, ਆਪਣੇ ਭਰਾਵਾਂ ਦਾ ਸੈਂਟਰ ਆ, ਤੇ ਉਹ ਡਰਿਆ ਬੈਠਾ ਆ, ਓਹਨੂੰ ਲੱਗਦਾ ਫਿਰ ਇਹਨਾਂ ਨੇ ਚੁਕਾਉਣਾ ਨੀ। ਅਸੀਂ ਆ ਜਾਈਏ ਤਾਂ ਡੇਲ ਤੁਸੀਂ ਬੰਦੇ ਲੈ ਕੇ ਆਓਗੇ? ਚੱਲ ਮੈਂ ਏਦਾਂ ਹੀ ਕਰਦਾ, ਏਦਾਂ ਹੀ ਕਰਦਾ, ਤੁਹਾਡੇ ਕੋਲ ਆ ਜੀ, ਫ੍ਰੀ ਸੇਵਾ ਹੀ ਆ, ਹੈਨਾ, ਕੋਈ ਨਾ ਗਰੀਬ ਬੰਦਾ ਯਾਰ, ਫ੍ਰੀ ਸੇਵਾ। ਚਲ ਨਾਪ ਲਓ, ਏ ਨਾਪ ਲਓ, ਨਾਪ ਲਓ, ਨਾਪ ਲਓ, ਨਾਪ ਲਓ। ਮੈਨੂੰ ਇੱਕ ਟਾਈਮ ਦੱਸ ਕਿਹੜਾ ਕਿਹੜੇ ਥਾਂ ਆਪਣੇ ਦੂਜੇ ਫਗਵਾੜੇ ਹੀ ਆ ਤੁਸੀਂ ਆ ਠੋਲੀ, ਕਿੰਨਾ ਟਾਈਮ ਲੱਗੂਗਾ ਕਿੰਨੇ? ਹੈ ਚਲੋ ਠੀਕ ਆ ਜੀ, ਫੜ ਕੇ ਰੱਖਿਆ ਆ ਜਾਓ, 20-25 ਮਿੰਟਾਂ 'ਚ ਫੁੱਲੜੀ ਵਾਲੇ 'ਚ ਵੜਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਆ। ਫੁੱਲੜੀ ਵਾਲੇ ਦੀ ਇਹ ਪਹਿਚਾਣ, ਪੜ੍ਹਿਆ ਲਿਖਿਆ ਹਰ ਇਨਸਾਨ, ਨਸ਼ੇ ਪੱਤੇ ਤੋਂ ਰਹਿਤ ਇਲਾਕਾ ਆ, ਤੇ ਐਵੇਂ ਦੇਖਣੇ ਨੂੰ ਤੂੰ ਵੀ ਮੇਰੇ ਹਾਣੀ ਆ। ਸਾਡੇ ਪਿੰਡ ਮੇਲਾ ਲੱਗਦਾ, ਮੇਲਾ ਹੱਥ ਨੂੰ ਠੇਕੇ ਦੇ ਮੁਰੇ ਲੱਗਦਾ। ਇਹ ਭਰੇ ਹੋ ਜਾਓ, ਭਰੇ ਹੋ ਜਾਓ। ਕਿੱਦਾਂ ਸਾਬੀ, ਤੈਨੂੰ ਟਿੱਚਰਾਂ ਕਰਦੇ ਜੀ? ਹਾਂਜੀ ਹਾਂਜੀ। ਤੈਨੂੰ ਪਾਪਾ ਨਾਲ ਗੱਲ ਹੋ ਗਈ ਆ ਮੇਰੀ, ਉਹ ਕਹਿੰਦੇ ਕੋਈ ਨਾ ਭਲਾ ਹੀ ਆ, ਤੈਨੂੰ ਕੱਲ ਨੂੰ ਛੱਡੀਏ। ਜਿੱਦਾਂ ਤੁਹਾਡੇ ਜੀ ਕਰਦੇ ਹੁਣੇ ਭਾਜੀ ਜੁੜਿਆ ਕਹਤੇ ਪਿਆ ਨਾ, ਬੋਲ ਕਹਤੇ ਜੁੜਨ ਲੱਗ ਪਿਆ, ਬੋਲ ਨਹੀਂ ਜੁੜੇ। ਅਟੈਕ ਟੂਕ ਵਾਲਾ ਕੋਈ ਚੱਕਰ ਨਹੀਂ? ਨਹੀਂ ਵੱਡੇ ਭਾਈ, ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਯਾਰ, ਉਹ ਟਾਈਟ ਹੋ ਕੇ ਬੈਠਿਆ ਹੈ ਤਾਂ ਕਰਕੇ। ਟਾਈਟ ਹੋਣ ਨਾਲ ਜੀਭ ਵੀ ਟਾਈਟ ਹੋ ਗਈ? ਨਹੀਂ ਨਹੀਂ, ਜੀਭ ਕਿੱਥੇ ਟਾਈਟ ਭਾਜੀ, ਜੀਭ ਕਿੱਥੇ ਟਾਈਟ ਹੈ ਯਾਰ, ਕੋਈ ਯਾਰ ਦੇਖੋ ਕਰ ਹੀ ਨਹੀਂ ਸਕਦਾ ਭਾਜੀ ਨੂੰ। ਭਾਜੀ ਇਹ ਕਹਿੰਦਾ ਟਾਈਟ ਹੋ ਕੇ ਬੈਠੇ, ਮੈਂ ਕਿਹਾ ਤਿੰਨੇ ਜਣੇ ਉੱਤਰ ਜਾਂਦੇ ਤਾਂ ਫੇਰ ਵੀ ਟਾਈਟ ਹੀ ਰਹਿਣਾ। ਮੇਰੇ ਨਹੀਂ ਖੁੱਲਣੇ ਦੇ ਰਹੇ ਨਾ, ਅੱਖਾਂ ਟਾਈਟ ਹੋਈਆਂ ਤੇਰੀਆਂ ਪੂਰੀਆਂ ਟੁੱਟੀ ਭੱਜੀ ਅਸੀਂ ਬੋਲਾਂਗੇ। ਗੱਲ ਇਹ ਆ ਕਿ ਤੈਨੂੰ ਕੱਲ ਮਜ਼ਾਕ ਨੀ, ਤੂੰ ਚੱਕ ਤੈਨੂੰ ਚੁਕਾ ਦਿੰਦੇ ਜੋ ਸਾਈਨ ਕਰਦੀ ਆ ਤਾਂ ਆਪਣੀ ਘਰ ਵਾਲੀ ਨੂੰ ਵੀ ਸਿੱਧਾ ਕਹਿ ਦੀ ਕਿ ਮੈਂ ਛੱਡਣਾ ਨੀ, ਮੈਂ ਸਾਰੀ ਉਮਰ ਇੱਚ ਹੀ ਲੱਗਣਾ। ਕਹਿਣਾ ਹੀ ਨੀ ਕਿਉਂਕਿ ਅੱਜ ਰਾਤ ਮੇਰਾ ਭਰਾ ਤੂੰ ਖੂਹ ਤੇ ਜਾਣਾ, ਠੀਕ ਆ, ਸਵੇਰ ਨੂੰ ਤੇਰੀ ਲਾਈਫ ਦਾ ਜੋ ਆਉਣਾ ਆਪੇ ਹੀ। ਅੱਜ ਆਪਾਂ ਜਾਣ ਨਹੀਂ ਦੇਣਾ, ਨਹੀਂ 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 ਸੰਜੂ ਗੁੱਸੇ ਚ ਆ ਯਾਰ, ਜਾਣ ਵਾਲਾ ਵੀ
ਸੰਜੂ ਕੌਣ? ਓ ਸੰਜੂ ਯਾਰ ਖੂਹ ਤੇ ਰਹਿੰਦਾ ਆਪਣਾ ਭਈਆ। ਅੱਛਾ ਬਰੱਪਨ 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 ਮੁੱਛਾਂ ਵੱਡੀਆਂ ਮੁੱਛਾਂ ਉਹਦੀ ਮੁੱਛੇ ਦੀ ਲੱਤ ਨਾ ਬੰਨ। ਓ ਨਹੀਂ ਨਹੀਂ ਉਹਨੇ ਮੁੱਛਾਂ ਹੁਣੇ ਕਟਾਈਆਂ ਮਰੇ ਨੌਰਮਲ ਜਦੋਂ ਇਹ ਉੱਠ ਕੇ ਭੱਜਿਆ। ਉਹ ਕਹਿੰਦਾ ਜਿੰਨਾ ਚਿਕਰ ਮੈਂ ਸਾਬੀ ਨੂੰ ਲੈ ਕੇ ਕਟਾਤੀਆਂ ਉਹ ਕਟਾਤੀਆਂ ਨਹੀਂ ਇੱਕ ਇੱਕ ਕਰਕੇ ਦਵਾ ਦੇ ਜਦ ਤੱਕ ਮੈਂ ਛੋੜਤਾ ਨਹੀਂ ਨਾ ਇਸਕੋ ਵਾਹ ਪੇ ਮੈਂ ਨਾ ਮੈਂ ਗਾਉਂ ਨਹੀਂ ਜਾਊਂਗਾ। ਉਸਨੇ ਠਾਣ ਲਿਆ ਅਭੀ ਗਾਉਂ ਦਾ ਹੈ ਕਿੱਥੇ ਗਾਹੋ ਤੈਨੂੰ ਦੱਸੂ ਰਾਤ ਜੰਗਲ ਜਿਹਾ ਜਿੱਥੇ ਬਰਾਪਣ ਰਹਿੰਦਾ ਹੀ ਇੱਥੇ ਬਰਾਪਣਾ ਗਰੁੰਡਾ ਵਾਲੇ ਸਾਈਡ ਤੇ ਆ ਮਤਲਬ ਉਹ ਇਹਨੇ ਤੈਨੂੰ ਆਪੇ ਮਨਾ ਲੈਣਾ ਤੂੰ ਆਪੇ ਕਹਿਣਾ ਕਿ ਉਹ ਉੱਥੇ ਦਾ ਹੀ ਆ ਰਾਤ ਨੂੰ ਸਾਲੇ ਕੁੱਟ ਬਹੁ ਬੁਰੀ ਆ ਉਹਦੀ ਵੀ ਹਾਂ ਪਤਾ ਕੀ ਗੱਲ ਆ ਉਹ ਅੱਜ ਇਹ ਦੱਸ ਅੱਜ ਖੂਹ ਤੇ ਰਹਿ ਲੈਂਗੇ ਗੁੱਸਾ ਤਾਂ ਨਹੀਂ ਕਰੇਗਾ ਮੇਰੀ ਆਪਣੇ ਵਾਲ ਵੂਲ ਭਾਜੀ ਇਹਦੇ ਬਹਾ ਦੋ ਅੱਜ ਐ ਭਾਈ ਮੈਂ ਕਹਿੰਦਾ ਮੈਂ ਚੁੱਪ ਕਰੇ ਹੋ ਯਾਰ ਤੂੰ ਤਾਂ ਕਰਦੇ ਪਤਾ ਨਹੀਂ ਕੀ ਗੱਲ ਮੈਂ ਸੀਰੀਅਸ ਹੋਇਆ ਉਹਦੇ ਲਈ ਹਾਂ ਤੂੰ ਦੱਸ ਤੁਹਾਨੂੰ ਮੈਂ ਗੱਲ ਕਹੀ ਆ ਕੀ ਜਿਹਦਾ ਤੁਹਾਡਾ ਜੀ ਕਰਦਾ ਵੱਡੇ ਪਾ ਤਾਂ ਹੁਣ ਹੁਣੇ ਜਾ ਹੁਣੇ ਜਾਣਾ ਅੱਜ ਖੂਹ ਤੇ ਬਾ ਠੀਕ ਆ ਜਿੱਦਾਂ ਤੁਹਾਡਾ ਜੀ ਕਰ ਲੈ ਚੱਲ ਮੇਰਾ ਭਰਾ ਭਾਬੀ ਦਾ ਨਹੀਂ ਨਹੀਂ ਅੱਜ ਲੈ ਗਏ ਲੈ ਕੇ ਚੱਲ ਲੈ ਗਏ ਜਿੱਦਾਂ ਸੰਜੂ ਡਿੱਕਣ ਦਿਆ ਹੁਣ ਭਾਜੀ ਦਾ ਸਿਸਟਮ ਹੁਣ ਬੰਦ ਹੋ ਜਾਣਾ ਮਿਸ ਕਾਲ ਵੱਜ ਗਈ ਹੁਣ ਲਵਾਤੀ ਉਸ ਤੋਂ ਬਾਅਦ ਸਾਲੇ ਕੌਣ ਚੁੱਪ ਕਰੇ ਆਪਾਂ ਚੱਲੇ ਆ ਬਾਬੇ ਖੂਹ ਤੇ ਤੇ ਥੋੜੇ ਚਿਰ ਲਈ ਮੈਂ ਅਜੀ ਦੋਨੇ ਨੂੰ ਵੀਡੀਓ ਰਿਕਾਰਡ ਕਰ ਲਓ ਵੀ ਬਾਅਦ ਚ ਮੁੱਕਰੇ ਨਾ ਭਾਜੀ ਇਹਦੇ ਗੋਰੇ ਗੋਰੇ ਦੇ ਕਰੀਏ ਤੇ ਵਾਲ ਬੂਲ ਉਹ ਇਹਨੇ ਭੱਜਣਾ ਆ ਨਹੀਂ ਵੀਡੀਓ ਕਹਿੰਦਾ ਮੈਂ ਇੱਕ ਵਾਰੀ ਡਰਿੰਕ ਪਲਾ ਦਿਓ ਡਰਿੰਕ ਜਿਹਨੇ ਕਾ ਡਰਿੰਕ ਤੂੰ ਜੋ ਮਰਜੀ ਚੱਲ ਹੁਣ ਅਸੀਂ ਪਿੰਡ ਦੇ ਵਿੱਚ ਦੀ ਚੱਲੇ ਆ ਖੂਹ ਤੇ ਵਧੀਆ ਜਿਹਾ ਇਹਨੂੰ ਰੱਸੀ ਨਾ ਬੰਨ ਕੇ ਘੈਂਟ ਜੀ ਨਾ ਚੁੱਭੇ ਨਾ ਫਿਰ ਚੁੱਭੇ ਨਾ ਭਰਾ ਆ ਸਾਡਾ ਵੀਰ ਵੀ ਉਹ ਜੇ ਬਾਲ ਬੂਲ ਸੈੱਟ ਕਰਾਵਾ ਸਾਡੀ ਕੱਲ ਸਵੇਰ ਨੂੰ 2 ਨੰਬਰ ਦੀ ਮਸ਼ੀਨ ਹੀ ਆ ਉਹ ਨਹੀਂ ਨਹੀਂ ਸੰਜੂ ਨੇ ਆਪਣੀ ਪਿੰਟ ਪਾੜ ਕੇ ਉਹਦੀ ਰੱਸੀ ਬਣਾਈ ਆ ਸੰਜੂ ਭਈਏ ਏਡੇ ਲੰਬੇ ਪੈਂਟਾਂ ਦੀ ਮੈਂ ਉਹ ਲੈ ਦੱਸਾ ਹੱਦ ਹੋ ਗਈ ਤੂੰ ਆਪਣੇ ਪਿੰਡ ਪਾਈ ਨੂੰ ਤੂੰ ਕੱਟੀ ਚੱਲ ਕੱਟੀ ਚੱਲ ਕੱਟੀ ਚੱਲ ਜਿੰਨੇ ਮਰਜ਼ੀ ਮੀਟਰ ਦੀ ਉਹਨੂੰ ਬਾਅਦ ਚ ਜਦੋਂ ਇੱਕ ਰੱਸੀ ਪਾ ਰਹੀ ਨਾ ਤੇ ਗੇਟ ਤੋਂ ਗੇਟ ਤੱਕ ਆਉਣ ਜੋਗੀ ਨਹੀਂ ਹੈਗੀ ਚੰਗਾ ਐਕਸਪੀਰੀਅੰਸ ਹੈ ਭਾਈ ਉਹ ਭਰਾਵਾ ਇਹਨੂੰ ਬਣ ਕੇ ਕੁੱਟੇ ਉਹ ਅਸੀਂ ਪਹਿਲਾਂ 2-3 ਤੇਰੇ ਵਾਂਗੂ ਹੋਰ ਚਕਾਏ ਮੈਨੂੰ ਲੱਤੋਂ ਫੜ ਕੇ ਨਾ ਉਹ ਵੀ ਮਜ਼ਾਕ ਹੀ ਸਮਝਦੇ ਉਹ ਮਜ਼ਾਕ ਹੀ ਸਮਝਦੇ ਜੋ ਉਹ ਹਲਕੇ ਚ ਬੋਲ ਲੈਂਦੇ ਮੈਂ ਨਹੀਂ ਦੱਸ ਮੈਂ ਨਹੀਂ ਦੱਸੀ ਨਹੀਂ ਚੋਇਸ ਤੇਰੀ ਆ ਜੇ ਉਧਰ ਨੂੰ ਚਲ ਗਏ ਸਵੇਰੇ ਸਵੇਰੇ ਹੀ ਮਤਲਬ ਛੱਡ ਦੇਣਾ ਇੱਕ ਇਹ ਆ ਕਿ ਤੂੰ ਥੋੜੇ ਦਿਨ ਲੈ ਕੇ ਆਉਣਾ ਤੂੰ ਦੱਸ ਤੈਨੂੰ ਕਿੱਧਰ ਨੂੰ ਜਾਣਾ ਇਹ ਰਾਹ ਮੋੜਨੇ ਆ ਮੈਂ ਕਿਹਾ ਵੱਡੇ ਪਾ ਮੈਂ ਵਾਦਾ ਕੀਤਾ ਭਾਜੀ ਫਿਰ ਸਿੱਧਾ ਹੀ ਹੋ ਜਾ ਮੜਾ ਨਹੀਂ ਮੈਂ ਰੋਕ ਲਿਆ ਬਹੁਤ ਕੁਝ ਗੱਲ ਕਰਦਾ 23 ਤੋਂ ਬਾਅਦ ਤੂੰ ਜਦੋਂ ਮਰਜ਼ੀ ਮੇਰਾ ਟੈਸਟ ਕਰਾ ਲਓ ਟੈਸਟ ਕਰਾਉਣਾ 23 ਤੋਂ ਬਾਅਦ ਜਿੱਦਾਂ ਮਰਜ਼ੀ ਤੁਸੀਂ ਟੈਸਟ ਕਰਾ ਲਓ ਬਿਲਕੁਲ ਓਏ 23 ਤੱਕ ਕੀ ਚੱਕਰ ਹੈ 23 ਨੂੰ ਚਿੱਟਾ ਮੁੱਕਣਾ ਨਹੀਂ ਮੈਂ ਹੁਣ ਛੱਡਣ ਲੱਗਾ ਮੈਂ ਤੁਹਾਨੂੰ ਇੰਨਾ ਵਾਦਾ ਕਰ ਦਿੰਦਾ ਕੱਲ ਮਿਲਿਓ ਕੀ ਬਲੈਡ ਛੱਡਣ ਲੱਗਾ ਕੱਲ ਨਹੀਂ ਕੱਲ ਕੱਲਾ ਮੰਜੇ ਤੇ ਮਜ਼ੀ ਭਾਜੀ ਮੈਂ ਤੁਹਾਡੇ ਨਾਲ ਜਿੱਦਾਂ ਤੁਸੀਂ ਕਹਿ ਦੋਗੇ ਭਾਜੀ ਮੈਂ ਭਰਾ ਨੂੰ ਕਿਹਾ ਆਪਣਾ ਭਰਾ ਆ ਗੂ ਦੇ ਬੰਨੇ ਚੰਗਾ ਨਹੀਂ ਲੱਗਣਾ ਸਾਰੀ ਰਾਤ ਨਹੀਂ ਨਹੀਂ ਉਹ ਕਹਿੰਦਾ ਪੱਖੇ ਚ ਪਾਉਂਗਾ ਮੈਂ ਆਪ ਕਿਤੇ ਬਾਹਰ ਭੇਜ ਦੂੰ ਠੀਕ ਹੈ ਪਰ ਉਹਨੇ ਕੁੱਟਣਾ ਵੀ ਉਹਨਾਂ ਇਹ ਜੇ ਇਲਤ ਨਾ ਨਾ ਕਰੇ ਭਾਜੀ ਫੇਰ ਕਿਦਾਂ ਹੱਥ ਲਾ ਜੂਗਾ ਯਾਰ ਆਪਾਂ ਫੇਟੇ ਆ ਇਹਨੇ ਇਲਤ ਕਰ ਰਿਹਾ ਨਹੀਂ ਯਾਰ ਭਾਜੀ ਇਹਨੇ ਆਉਣ ਤੱਕ ਤਾਂ ਉਹਨਾਂ ਨੇ ਗਿਰੀ ਦਾ ਤੇਲ ਮਾਮਾ ਲੀਲ ਚੱਕ ਦੇਣੇ ਤੇ ਚੱਲ ਦੇਖ ਲੈਣੇ ਯਾਰ ਕੋਸ਼ ਤਾਂ ਕਰੋ ਹੁਣ ਕੀ ਸੰਜੂ ਨੂੰ ਮੈਂ ਕੀ ਜਵਾਬ ਦਊਂਗਾ ਓਏ ਸੰਜੂ ਕੱਲ ਦਾ ਪੱਕਾ ਆ ਆਵੇ ਭਾਬੀ ਦੇ ਸੈਨ ਕਰਾ ਦੇ ਪਲੀਜ਼ ਤੂੰ ਵੀ ਭਾਈ ਫੋਨ ਕਰ ਰੁਪਈਆ ਨਹੀਂ ਲੱਗਣ ਦਿੰਦਾ
ਜਵਾਨ ਰਹਿ ਗਈ ਨਾ ਭਾਜੀ, ਇਹ ਤਾਂ ਜਵਾਨ ਰਹਿ ਗਈ ਨਾਲੇ ਵੀ ਆਈ ਪੀ, ਇਹਨੂੰ ਵੀ ਆਈ ਪੀ ਕਟਾਵਾਂਗੇ ਪੱਕੀ ਗੱਲ ਆ, ਵੀ ਆਈ ਪੀ ਜਿਮ ਵੀ ਆ ਪੂਲ ਵੀ ਆ ਹਾਂਜੀ ਹਾਂਜੀ, ਪਰ ਗੱਲ ਇਹ ਜਾਣਾ ਪਰ ਇਹ ਤਾਂ ਕਟਾਉਣ ਦੀ ਗੱਲ ਕਰਦਾ ਨਾ, ਉਹ ਕੱਟਣ ਨਹੀਂ ਸਾਲਾ ਨਹੀਂ ਕਹਿੰਦਾ ਬੀਆਈਪੀ, ਅੱਛਾ ਸੀ ਸੈਂਟਰ ਕਟਾਵਾਂਗੇ, ਸੈਂਟਰ ਕਟਾਵਾਂਗੇ, ਹਾਂ ਬੀਆਈਪੀ ਸੈਂਟਰ ਕਟਾਵਾਂਗੇ, ਆਪਾਂ ਨੂੰ ਲੋੜ ਨਹੀਂ ਪੈਣੀ, ਇਹਨੇ ਆਪੇ ਖਾਈ ਜਾਣੀ ਹੈ, ਬਸ ਸਹੀ ਆ, ਇਹਨੇ ਹਰਕਤਾਂ ਇਦਾਂ ਇਹਨੇ ਟਾਈਮ ਟੂ ਟਾਈਮ ਕਦੀ ਇਹਨੇ ਪੱਖੇ ਨੂੰ ਸਾਫਾ ਪਾਉਣਾ, ਕਦੀ ਇਹਨੇ ਪੱਖੇ ਨੂੰ ਸਾਫਾ ਪਾਉਣਾ, ਕਦੀ ਇਹਨੇ ਟੂਟੀ ਪੱਟਣੀ ਹੈ, ਓਏ ਉਹਦਾ ਹਾਸਾ ਹੀ ਹੋਣ ਆਇਆ, ਨਹੀਂ ਸੱਚੀ ਗੱਲ ਆ ਭਾਜੀ, ਪਹਿਲਾਂ ਪਹਿਲਾਂ ਬੰਦੇ ਦੇ ਜਾ ਕੇ ਭੰਗ ਦੇ ਕੋਲ ਖੜ ਕੇ ਉਹਦੇ ਨਾਲ ਕੁਛ ਪੀਂਦੇ ਆ, ਕਹਿੰਦਾ ਭੰਗ ਵਾਲੀ ਕਹਿੰਦਾ ਮੈਂ ਸਿਗਰਟ ਪੀਤੀ, ਯਾਰ ਤੂੰ ਆਪ ਯਾਰ ਜੇ ਇਹਨੇ ਪੀਤੀ ਆ ਫੇਰ ਤਾਂ ਭਾਜੀ ਸੈਂਟਰ ਬਣਦਾ ਹਨਾ, ਭਾਜੀ ਤੁਸੀਂ ਬਣਾਉਂਦੇ ਨੀ ਭਾਜੀ ਦੀ, ਤੂੰ ਭਾਜੀ ਨਾ ਕਹਿ ਨਹੀਂ ਭਾਜੀ ਨਾ ਕਹਿ, ਤੂੰ 35-40 ਸਾਲ ਜੋਰਜੀਆ ਰਿਹਾ ਠੀਕ ਆ, 25-30 ਸਾਲ ਤੈਨੂੰ ਹੋ ਗਿਆ, ਮੈਂ ਤੇਰਾ ਭਾਜੀ ਕਿਧਰੋਂ ਯਾਰ, ਮੇਰੀ ਡਿਊਟੀ ਆ ਵੀਡੀਓ ਦੀ ਭਾਜੀ, ਲੈ ਦਾ ਉਹ ਸਾਡੇ ਤੇ ਗੁੱਸਾ ਨਹੀਂ ਭਾਜੀ, ਤੇ ਸੁਣ ਗੱਲ ਨੂੰ, ਓਏ ਇੱਕ ਮਿੰਟ ਭਾਜੀ ਤੇ ਗੁੱਸਾ ਕੱਢ ਲੈ ਭਾਜੀ, ਤੁਸੀਂ ਕਿਹਾ ਸੀ ਨਾ ਬਣਾਇਓ, ਮੈਂ ਗੱਲ ਸੁਣ ਸਭ, ਓਏ ਸੁਣ ਭਰਾਵਾ ਸਾਡੇ ਤੇ ਨਾ ਰੋਪਾ, ਦੇਖ ਤੂੰ ਇੱਥੇ ਸਾਡੇ ਪਿੰਡ ਦੇ ਬੰਦੇ ਆ ਕਿੰਨੇ ਖੜੇ ਆ, ਤੂੰ ਮੇਰੇ ਨਾਲੋਂ ਗੱਡੀ 'ਚ ਉਤਰਿਆ ਭਾਈ, ਮੈਂ ਪਤਾ ਕਿੱਥੇ ਜਾ ਕੇ ਕੀਤਾ, ਇਹਨੇ ਸਿਗਰਟ ਪੀਤੀ ਉੱਥੇ, ਉੱਥੇ ਜਾ ਕੇ ਡਰਾਮਿੰਗ ਨਹੀਂ ਕਰਨ ਦੀ ਲੋੜ ਹੁੰਦੀ, ਜੇ ਕਿਤੇ ਲੈ ਕੇ ਜਾਣਾ ਮੜੀ ਇੱਜ਼ਤ ਰੱਖ ਲਿਆ ਕਰੋ, ਇਹਨੇ ਭੰਗ ਵਿੱਚ ਗੱਲ ਕੇ ਪੀਤੀ, ਕੋਈ ਭੈਣ ਚੋ ਸਾਰਿਆਂ ਸਾਹਮਣੇ ਕੂਲੇ ਪਲ ਕੱਢ ਕੇ ਲਾਉਣ ਡਿਆ ਹੁੰਦਾ, ਆਹ ਕਹਿੰਦਾ ਮੈਂ ਤਮਾਕੂ ਲਾਉਣ ਡਿਆ ਕਿ ਕੂਲੇ ਪਾ ਲੈ ਕੇ, ਮੈਨੂੰ ਕਹਿੰਦਾ ਇਹ ਤੇਰਾ ਕੰਮ ਹੈ ਪੁੱਤ, ਗੱਡੀ ਚ ਉਤਰਿਆ ਤੂੰ ਠੀਕ ਹੈ, ਕਿੰਨਾ ਕੁ ਟਾਈਮ ਹੋ ਗਿਆ ਜਿਹੜਾ ਨਾਲੋ ਨਾਲ ਉਹ ਚ ਕਰਤਾ, ਕਿੱਡੀ ਵੱਡੀ ਨਾਲ ਹੀ ਕਰਤਾ,